ਵਾਹਿਗੁਰੂ ਜੇਤਾ ਸਮੁੰਦ ਸਾਗਰ ਨੇਰ ਭਰਿਆ ਤੇਤੇ ਅਵਗਣ ਹਮਾਰੇ ਦਇਆ ਕਰੋ ਕਿਛ ਮੇਰੇ ਪਾਵੋ ਡੁੱਬਦੇ ਪੱਥਰ ਤਾਰੇ ਜੀਣਾ ਅਗਣਾ ਬਰਾਬਰ ਤਪਾ ਜੀਣਾ ਅਗਣ ਬਰਾਬਰ ਤਪਾ ਪੇਤਰ ਵਗੈ ਕਾਂਤੇ ਪਰਨ ਵਿਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੇ ਸੁਖ ਹੋਵੈ ਦਿਨ ਰਾਤੇ ਮੇਰੇ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਵਿੱਚ ਸੱਜ ਧੱਜ ਕੇ ਬੈਠੇ ਗੁਰੂ ਖਾਲਸਾ ਗੁਰੂ ਪਿਆਰੀ ਸਾਧ ਸੰਗਤ ਪਵਿੱਤਰ ਫਤਿਹ ਬੁਲਾਓ ਇਹ ਫਤਿਹ ਪੁੱਤਰਾਂ ਦੇ ਦਾਨੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੌਮ ਨੂੰ ਦਿੱਤੀ ਹੈ। ਇਸ ਤੋਂ ਪਹਿਲਾਂ ਕੌਮ ਦਾ ਫਤਿਹ ਦਾ ਨਾਰਾ ਇਹ ਨਹੀਂ ਸੀ ਜੋ ਅੱਜ ਅਸੀਂ ਬੁਲਾ ਰਹੇ ਹਾਂ। ਜਦ ਮੇਰੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਜੀਵਨ ਦਾ 21 ਸਾਲ ਦੀ ਉਮਰ ਵਿੱਚ ਲੜ ਕੇ ਭਗਾਣੀ ਦਾ ਪਹਿਲਾ ਯੁੱਧ ਜਿਸਦਾ ਮੈਂ ਇਤਿਹਾਸ ਤੁਹਾਡੇ ਚਰਨਾਂ ਵਿੱਚ ਰੱਖ ਰਿਹਾ ਉਹ ਜਿੱਤ ਕੇ ਸ਼ਹਿਨਸ਼ਾਹ ਆਏ ਤਾਂ ਪਾਤਸ਼ਾਹ ਨੂੰ ਗੁਰਸਿੱਖਾਂ ਨੇ ਖੁਸ਼ਖਬਰੀ ਦਿੱਤੀ, ਪਾਤਸ਼ਾਹ ਤੁਹਾਡੇ ਘਰ ਪੁੱਤਰ ਦੀ ਦਾਤ ਹੋਈ ਹੈ। ਤੇ ਮੇਰੇ ਸ਼ਹਿਨਸ਼ਾਹ ਨੇ ਉਸ ਜੰਗ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਆਪਣੇ ਸੁਪੁੱਤਰ ਦਾ ਨਾਂ ਅਜੀਤ ਸਿੰਘ ਰੱਖਿਆ ਤੇ ਗੁਰਸਿੱਖਾਂ ਦੇ ਪਾਤਸ਼ਾਹ ਇਹ ਜੰਗ ਦੀ ਜਿੱਤ ਦੀ ਖੁਸ਼ੀ ਬੜੀ ਹੈ, ਇਹ ਜਿੱਤ ਤੁਹਾਡੀ ਹੈ। ਪਾਤਸ਼ਾਹ ਕਹਿੰਦੇ ਨਹੀਂ, ਇਹ ਜਿੱਤ ਖਾਲਸੇ ਦੀ ਹੈ, ਮੇਰੀ ਨਹੀਂ, ਖਾਲਸੇ ਦੀ ਜਿੱਤ ਹੈ। ਤੇ ਗੁਰੂ ਦੇ ਸਿੱਖਾਂ ਦੇ ਪਾਤਸ਼ਾਹ ਖਾਲਸਾ ਵੀ ਤਾਂ ਤੁਹਾਡਾ ਹੀ ਹੈ। ਸ਼ਹਿਨਸ਼ਾਹ ਆਂਦੇ ਨਹੀਂ, ਖਾਲਸਾ ਵਾਹਿਗੁਰੂ ਦਾ। ਜਦੋਂ ਜਿੱਤ ਖਾਲਸੇ ਦੀ ਤੇ ਖਾਲਸਾ ਵਾਹਿਗੁਰੂ ਦਾ, ਫਿਰ ਜਿੱਤ ਤੇ ਫਤਿਹ ਵੀ ਤਾਂ ਵਾਹਿਗੁਰੂ ਦੀ ਹੋਈ। ਉਦੋਂ ਪਾਤਸ਼ਾਹ ਨੇ ਨਾਰਾ ਬੁਲਾਇਆ ਜਿਹੜਾ ਕੌਮ ਨੇ ਪ੍ਰਵਾਨ ਕਰ ਲਿਆ ਤੇ ਉਹ ਨਾਰਾ ਤੁਸੀਂ ਅੱਜ ਗੱਜ ਵੱਜ ਕੇ ਬੁਲਾਓ। ਮੈਂ ਟੀਵੀ ਤੇ ਕਈ ਵੇਰਾ ਪੰਜਾਬ ਦੇ ਵਿੱਚ ਵੇਖਦਾ ਬੜੇ ਵੱਡੇ ਵੱਡੇ ਇਕੱਠ ਹੁੰਦੇ ਇਹਨਾਂ ਲੀਡਰਾਂ ਦੇ ਪੰਡਾਲਾਂ ਦੇ ਵਿੱਚ, ਪਰ ਫਤਿਹ ਦਾ ਜਵਾਬ ਉਹਨਾਂ ਨੂੰ ਕਹਿਣਾ ਪੈਂਦਾ ਤੁਸੀਂ ਢਿੱਲੀ ਬੁਲਾਈ ਜਾਂ ਫੇਰ ਬੁਲਾਓ। ਇਹ ਫਤਿਹ ਕਿਸੇ ਵਿਸ਼ੇਸ਼ ਵਿਅਕਤੀ ਦੀ ਨਹੀਂ, ਪਾਤਸ਼ਾਹ ਨੇ ਸਾਨੂੰ ਐਡੇ ਸਿਆਣੇ ਢੰਗ ਨਾਲ ਇਹਦੇ ਵਿੱਚ ਵਾਹਿਗੁਰੂ ਦਾ ਨਾਮ ਫਿੱਟ ਕਰਕੇ ਦਿੱਤਾ। ਦੋ ਵਾਰੀ ਆਪਣੇ ਆਪ ਜ਼ਬਾਨ ਤੇ ਆਉਂਦਾ ਹੈ ਵਾਹਿਗੁਰੂ ਦਾ ਨਾਮ। ਜਦ ਜ਼ਬਾਨ ਤੇ ਆ ਜੇ, ਜ਼ਬਾਨ ਰਸਨਾ ਮੁੱਖ ਪਵਿੱਤਰ ਹੋ ਜਾਂਦੇ ਹੈ ਤੇ ਜਿਹੜਾ ਸੁਣਦਾ ਵਾਹਿਗੁਰੂ ਦਾ ਨਾਮ ਉਹਦੇ ਕੰਨ ਪਵਿੱਤਰ ਹੋ ਜਾਂਦੇ ਹੈ। ਇਹ ਨਾਰਾ ਬੁਲਾਉਣ ਲੱਗਿਆਂ ਵਾਹਿਗੁਰੂ ਦੇ ਨਾਮ ਨਾਲ ਹਿਰਦਾ ਨਿਰਮਲ ਹੋ ਜਾਂਦਾ ਹੈ, ਆਵਾਜ਼ ਨਾਲ ਆਲਾ ਦੁਆਲਾ ਸੁਗੰਧਿਤ ਹੋ ਜਾਂਦਾ ਹੈ। ਸੋ ਇਸ ਕਰਕੇ ਪ੍ਰਣ ਕਰੋ ਕਿ ਇਹ ਨਾਰਾ ਕੌਮ ਦਾ ਨਾਰਾ, ਇਹ ਨਾਰੇ ਤੇ ਜਕਾਰੇ ਕੌਮਾਂ ਦੇ ਮਨੋਬਲ ਦੇ ਪ੍ਰਤੀਕ ਹੋਇਆ ਕਰਦੇ ਹੈ। ਜੇ ਨਾਰਾ ਢਿੱਲਾ ਬੁਲਾਉਂਦੇ ਹੋ ਸਮਝੋ ਕੌਮ ਦੇ ਵਿੱਚ ਕਿਤੇ ਨਾ ਕਿਤੇ ਗੁੱਠ ਚ ਨਿਰਾਸਾ ਪਈ ਹੈ। ਸੋ ਇਸ ਕਰਕੇ ਨਾਰਾ ਕਦੇ ਵੀ ਢਿੱਲਾ ਨਾ ਬੁਲਾਇਆ ਕਰੋ, ਰਾਹ ਖੇੜੇ ਬੁਲਾਓ, ਗੁਰੂ ਦਰਬਾਰ ਵਿੱਚ ਬੁਲਾਓ, ਕੱਲੇ ਨੂੰ ਕੱਲਾ ਬੁਲਾਓ, ਨਾਰਾ ਗੱਜ ਕੇ ਬੁਲਾਇਆ ਕਰੋ। ਸੋ ਪਾਤਸ਼ਾਹ ਦਾ ਦਿੱਤਾ ਉਹ ਨਾਰਾ ਫਤਿਹ, ਵਾਹਿਗੁਰੂ ਦਾ ਨਾਮ ਤੰਦਰੁਸਤ ਜੀਵ ਨੂੰ ਗੱਜ ਕੇ ਫਤਿਹ ਦਾ ਨਾਰਾ ਲੈ ਕੇ ਵਾਹਿਗੁਰੂ ਦਾ ਨਾਮ ਬੁਲਾਉਣਾ ਚਾਹੀਦਾ। ਸੋ ਪੰਜਾਬ ਤੋਂ ਪਹੁੰਚੇ ਜ਼ਿਲ੍ਹੇ ਫਰੀਦਕੋਟ ਤੋਂ ਸਰਪੰਚ ਸੁਖਦੇਵ ਸਿੰਘ ਮਹਿਰ ਮਡੋਡਾ ਵਾਲਿਆਂ ਦੇ ਕਵਿਛਰੀ ਜਥੇ ਦੀ ਤੇ ਮੇਰੇ ਸਾਥੀ ਜੋਗਿੰਦਰ ਸਿੰਘ ਜੀ ਜਿਗਰੀ ਨਗਰ ਦਾਨਾ ਰਵਾਣਾ, ਜਗਜੀਤ ਸਿੰਘ ਜੀ ਜੌਹਰੀ ਨਗਰ ਦਾਨਾ ਰਵਾਣਾ, ਜ਼ਿਲ੍ਹਾ ਫਰੀਦਕੋਟ ਸਮੁੱਚੇ ਜਥੇ ਦੀ
ਫਤਿਹ ਪ੍ਰਵਾਨ ਕਰੋ, ਹਾਜ਼ਰੀ ਮਨਜ਼ੂਰ ਕਰੋ, ਆਪਣੀ ਹਾਜ਼ਰੀ ਲਵਾਓ ਗੁਰੂ ਦਰ ਤੇ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਿੱਖ ਕੌਮ ਦਾ ਇਤਿਹਾਸ ਸ਼ਹਾਦਤਾਂ ਦਾ ਭਰਿਆ ਇਤਿਹਾਸ ਹੈ, ਕੁਰਬਾਨੀਆਂ ਦਾ ਭਰਿਆ ਇਤਿਹਾਸ ਹੈ। ਮਨੁੱਖਤਾ ਦੇ ਖਾਤਰ ਬੜਾ ਕੁਝ ਕੀਤਾ ਸਾਡੇ ਗੁਰੂ ਸਾਹਿਬਾਨਾਂ ਨੇ, ਗੁਰੂ ਦੇ ਸਿੱਖਾਂ ਨੇ। ਗੁਰੂ ਪਿਆਰੀ ਸਾਧ ਸੰਗਤ, ਜਿਨ੍ਹਾਂ ਲੋਕਾਂ ਨੂੰ ਜਿਉਣ ਦਾ ਵੱਲ ਆ ਗਿਆ, ਸਮਝ ਲਓ ਉਹਨਾਂ ਦਾ ਮਰਨਾ ਵੀ ਪ੍ਰਵਾਨ ਹੈ। ਜਿਉਣ ਦਾ ਵੱਲ ਹੀ ਔਖਾ, ਗੁਰੂ ਦੀ ਬਾਣੀ ਦੱਸਦੀ ਹੈ ਸਾਨੂੰ ਜੀਵਨ ਜਾਚ। ਗੁਰੂ ਪਿਆਰੀ ਸਾਧ ਸੰਗਤ, ਇੱਕ ਦੰਦ ਕਥਾ ਹੈ ਮਰਹੱਟਿਆਂ ਦੀ ਬਾਬਤ, ਕਿ ਉਹਨਾਂ ਨੂੰ ਮਰਹੱਟੇ ਤਾਂ ਆਖਿਆ ਜਾਂਦਾ ਹੈ ਕਿ ਉਹ ਮਰਨ ਤੱਕ ਪਿੱਛੇ ਨਹੀਂ ਹਟਦੇ, ਆਪਣੇ ਕਾਰਜ ਦੇ ਮਨੋਰਥ ਦੀ ਪੂਰਤੀ ਵਾਸਤੇ ਮਰ ਕੇ ਪਿੱਛੇ ਹਟਦੇ। ਵੇਖੋ ਇੱਕ ਐਗਜ਼ਾਮਪਲ ਹੈ, ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ 1675 ਦੇ ਵਿੱਚ ਸ਼ਹਾਦਤ ਪ੍ਰਾਪਤ ਕਰਦੇ, ਇੱਕ ਸਾਲ ਪਹਿਲਾਂ 1674 ਨੂੰ ਪੂਨੇ ਦੇ ਵਿੱਚ ਸੰਤਾਂ ਦੇ ਦਰਬਾਰ ਚੱਲ ਰਹੇ ਸੀ, ਸੰਤ ਤੁੱਕਾ ਰਾਮ ਜੀ ਦੇ, ਉਹਨਾਂ ਦੇ ਕੀਰਤਨਾਂ ਦੀ ਲੜੀ ਚੱਲ ਰਹੀ ਸੀ, ਤੇ ਸੰਤ ਤੁੱਕਾ ਰਾਮ ਜੀ ਦੇ ਕੀਰਤਨ ਦਾ ਬੜਾ ਆਸ਼ਕ ਸੀ ਸ਼ਿਵਾਜੀ ਮਰਾਠਾ। ਦੁਸ਼ਮਣ ਨੂੰ ਪਤਾ ਸੀ ਕਿ ਉਹਨਾਂ ਦੇ ਦੀਵਾਨ ਮਿਸ ਨਹੀਂ ਕਰਦਾ। ਕਈ ਸੰਗਤਾਂ ਅੱਜ ਵੀ, ਕਈ ਪ੍ਰਚਾਰਕਾਂ ਦੇ, ਸੰਤ ਮਹਾਂਪੁਰਸ਼ਾਂ ਦੇ ਦੀਵਾਨਾਂ ਦੇ ਨਾਲ ਨਾਵਾਂ ਨਾਲ ਹੀ ਜੁੜ ਜਾਂਦੀਆਂ। ਵੈਸੇ ਵਿਅਕਤੀ ਨੂੰ ਦੇਹ ਨਾਲ ਨਹੀਂ ਜੁੜਨਾ ਚਾਹੀਦਾ। ਇਸੇ ਤਰ੍ਹਾਂ ਸੰਤ ਤੁੱਕਾ ਰਾਮ ਜੀ ਦੇ ਦੀਵਾਨ ਸੁਣਨ ਵਾਸਤੇ ਗੁਪਤ ਰਹਿੰਦੇ ਆ ਸ਼ਿਵਾ ਜੀ ਮਰਹੱਟਾ, ਉਹਨਾਂ ਦੇ ਦੀਵਾਨ ਸੁਣਨ ਆਇਆ ਕਰੇ। ਲੜੀ ਚੱਲ ਰਹੀ ਸੀ, ਤੀਸਰੇ ਦਿਨ ਦੁਸ਼ਮਣ ਨੂੰ ਵੀ ਪਤਾ ਲੱਗ ਗਿਆ ਤੇ ਸੰਤ ਤੁੱਕਾ ਰਾਮ ਜੀ ਦੇ ਕੀਰਤਨ ਦੀ ਲੜੀ ਸੁਣਨ ਸ਼ਿਵਾ ਜੀ ਮਰਹੱਟਾ ਆ ਗਿਆ। ਦੁਸ਼ਮਣ ਨੇ ਘੇਰਾ ਪਾ ਲਿਆ ਤੇ ਸ਼ਿਵਾ ਜੀ ਮਰਹੱਟਾ ਦਾ ਇੱਕ ਅਸਿਸਟੈਂਟ, ਉਹਦਾ ਸਹਾਇਕ, ਜਦੋਂ ਉਹਨੂੰ ਪਤਾ ਲੱਗਾ ਕਿ ਮੇਰੇ ਜਰਨੈਲ ਨੂੰ ਘੇਰਾ ਪੈ ਗਿਆ, ਉਹਨੇ ਸੇਵਾ ਜੀ ਮਰਹੱਟੇ ਤੋਂ ਗੁਸਤਾਖੀ ਦੀ ਮਾਫੀ ਮੰਗਦਿਆਂ ਉਹਦੀ ਦਸਤਾਰ ਉਤਾਰੀ, ਆਪਣੇ ਸਿਰ ਤੇ ਰੱਖ ਲਈ ਤਾਂ ਕਿ ਦੁਸ਼ਮਣ ਮੈਨੂੰ ਸਮਝ ਲਏ ਕਿ ਸ਼ਿਵਾ ਜੀ ਜਾ ਰਿਹਾ, ਤੇ ਦੁਸ਼ਮਣ ਦੇ ਮੂਹਰ ਦੇ ਘੋੜਾ ਭਜਾ ਕੇ ਲੰਘ ਗਿਆ। ਦੁਸ਼ਮਣ ਭੁਲੇਖਾ ਖਾ ਗਿਆ ਕਿ ਸ਼ਿਵਾ ਜੀ ਨੂੰ ਫੜਨਾ ਸੀ ਤੇ ਆਹ ਲੰਘ ਗਿਆ, ਦੁਸ਼ਮਣ ਉਹਦੇ ਮਗਰ ਲੱਗ ਗਿਆ, ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਆਪਣੇ ਜਰਨੈਲ ਨੂੰ ਬਚਾਇਆ ਉਹਨੇ। ਜਿਹੜੀਆਂ ਕੌਮਾਂ ਉਹ ਮਰਨ ਦਾ ਵੱਲ ਸਿੱਖ ਜਾਣ, ਸਾਡੀ ਸਿੱਖ ਕੌਮ ਦੇ ਤਾਂ ਗੁਰੂ ਸਾਹਿਬਾਨਾਂ ਤੋਂ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਲੈ ਕੇ ਸ਼ਹੀਦਾਂ ਦੀ ਲੜੀ ਅੱਜ ਤੱਕ ਜਾਰੀ ਹੈ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੱਕ, ਗੁਰਜੰਡ ਸਿੰਘ ਜੀ ਬੋਧ ਸਿੰਘ ਵਾਲਾ ਤੱਕ, ਹਜੇ ਵੀ ਜਿੱਥੇ ਕੌਮ ਦੀ, ਜਿੱਥੇ ਗੁਰੂ ਦਾ ਨਿਰਾਦਰ ਹੋ ਰਿਹਾ ਹੈ, ਬਰਗਾੜੀ ਦੇ ਵਿੱਚ, ਪੰਜਾਬ ਦੇ ਵਿੱਚ ਹੋਇਆ, ਤੇ ਦੋ ਨੌਜਵਾਨ, ਇੱਕ ਸਿੰਘ ਹਰਕ੍ਰਿਸ਼ਨ ਸਿੰਘ ਜੀ ਨਗਰ, ਅਸੀਂ ਉੱਥੇ ਨਿਆਮੀ ਵਾਲਾ ਕਹਿੰਦੇ ਪਰ ਕਾਗਜ਼ਾਂ ਦੇ ਵਿੱਚ ਉਹਦਾ ਨਾਂ ਬਹਿਬਲ ਖੁਰਦ ਹੈ, ਉਹਦੇ ਦਾੜੀ ਕੇਸ ਸਨ, ਤੇ ਦੂਸਰਾ ਗੁਰਜੀਤ ਸਿੰਘ ਰਾਮਗੜੀਆਂ ਦਾ ਪੁੱਤਰ ਨਗਰ ਸਰਾਵਾਂ, ਉਹ ਦੋ ਸਿੰਘ ਸ਼ਹੀਦ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੱਤ ਦੀ ਖਾਤਰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰੇ ਗਏ ਤੇ ਇਸ਼ਤਿਹਾਰ ਲਾ ਕੇ ਕੌਮ ਨੂੰ ਚੈਲੰਜ ਕੀਤਾ ਗਿਆ। ਗੁਰੂ ਪਿਆਰੀ ਸਾਧ ਸੰਗਤ, ਮੈਂ ਤੁਹਾਡੇ ਚਰਨਾਂ ਵਿੱਚ ਛੰਦ ਰੱਖ ਰਿਹਾ, ਉਹ ਕੌਮ ਜਿਉਂਦੀ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ। ਸੋ ਮੇਰੇ ਸਾਥੀਆਂ ਤੋਂ ਇਸ ਤਰ੍ਹਾਂ ਸਰਵਣ ਕਰੋ, ਸੂਰਾ ਸੋ ਪਹਿਚਾਨੀਐ ਜੋ ਲਰਾ ਦੀਨ ਕੇਤਾ, ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛੱਡ ਖੇਤ।
ਜਦ ਧਰਤੀ ਉੱਤੇ ਪਾਪ ਵਧੇ, ਜਦ ਧਰਤੀ ਉੱਤੇ ਪਾਪ ਵਧੇ, ਕੋਈ ਪਵੇ ਵਖਤ ਇਨਸਾਨਾਂ ਨੂੰ, ਦਾਸ਼ਾਤੀ ਸਿਦਕੀ ਸੂਰਾਹੀ ਡਕ ਦੇਵੇ ਚੜੇ ਤੂਫਾਨਾਂ ਨੂੰ, ਦਾਸ਼ਾਤੀ ਸਿਦਕੀ ਸੂਰਾਹੀ ਡਕ ਦੇਵੇ ਚੜੇ ਤੂਫਾਨਾਂ ਨੂੰ, ਜਿਸ ਕੌਮ ਦਰ ਬਰਨੀਆਂ ਵਿੱਚ ਖੁਦ ਖੁਣ ਪਵਿੱਤਰ ਪਾ ਜਾਂਦਾ, ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ, ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ, ਜਦ ਧਰਤੀ ਉੱਤੇ ਪਾਪ ਵਧੇ, ਕੋਈ ਪਵੇ ਵਖਤ ਇਨਸਾਨਾਂ ਨੂੰ, ਦਾਸ਼ਾਤੀ ਸਿਦਕੀ ਸੂਰਾਹੀ ਡਕ ਦੇਵੇ ਚੜੇ ਤੂਫਾਨਾਂ ਨੂੰ, ਦਾਸ਼ਾਤੀ ਸਿਦਕੀ ਸੂਰਾਹੀ ਡਕ ਦੇਵੇ ਚੜੇ ਤੂਫਾਨਾਂ ਨੂੰ, ਜਿਸ ਕੌਮ ਦਰ ਬਰਨੀਆਂ ਵਿੱਚ ਖੁਦ ਖੁਣ ਪਵਿੱਤਰ ਪਾ ਜਾਂਦਾ, ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ, ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ, ਉਹ ਜਿਸ ਕੌਮ ਦਾ ਸੱਚਾ ਆਗੂ ਹੀ ਫਿਰ ਹੱਕ ਸੱਚ ਨਾ ਧਾਰ ਦੇਵੇ, ਕਹਿ ਜਾ ਬਰ ਬਾਬਰ ਵਰਗਿਆਂ ਨੂੰ ਜੋ ਸ਼ਰੇਆਮਲ ਲਕਾਰ ਦੇਵੇ, ਕਹਿ ਜਾ ਬਰ ਬਾਬਰ ਵਰਗਿਆਂ ਨੂੰ ਜੋ ਸ਼ਰੇਆਮਲ ਲਕਾਰ ਦੇਵੇ, ਉਪਰਾਂ ਦੇ ਕੁੱਪ ਹਨੇਰੇ ਚੌਂਕ, ਉਪਰਾਂ ਦੇ ਕੁੱਪ ਹਨੇਰੇ ਚੌਂਕ, ਉਪਰਾਂ ਦੇ ਕੁੱਪ ਹਨੇਰੇ ਚੌਂਕ, ਕੱਢ ਸੱਚ ਦੀ ਕਿਰਨਾਂ ਵਿਖਾ ਜਾਂਦਾ, ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ, ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ, ਉਹ ਗੁਰੂ ਅਰਜਨ ਵਰਗਾ ਮਹਾਂਬਲੀ ਜੋ ਪਾਂਜੀ ਖੰਡੇ ਤਿੱਖੀ ਦਾ, ਮੈਂ ਤੱਤੀ ਲੋ ਤੇ ਹੱਲ ਕਰੇ ਪਾਇਆ ਵਾ ਪਰਚਾ ਸਿੱਖੀ ਦਾ, ਮੈਂ ਤੱਤੀ ਲੋ ਤੇ ਹੱਲ ਕਰੇ ਪਾਇਆ ਵਾ ਪਰਚਾ ਸਿੱਖੀ ਦਾ, ਜ਼ੁਲਮਾਂ ਦੇ ਮਚਦੇ ਪਾਂਬੜ ਤੇ, ਜ਼ੁਲਮਾਂ ਦੇ ਮਚਦੇ ਪਾਂਬੜ ਤੇ ਸ਼ਾਂਤੀ ਦਾ ਮੀਂਹ ਬਰਸਾ ਜਾਂਦਾ, ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ, ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ, ਉਹ ਜਿਸ ਕੌਮ ਚਾਰ ਗੋਬਿੰਦ ਜੇ, ਜਿਸ ਕੌਮ ਚਾਰ ਗੋਬਿੰਦ ਜੇ ਨਿਮਰਦ ਤਨੀ ਤਲਵਾਰਾਂ ਦੇ, ਜੋ ਲੜਕੇ ਹੱਕ ਤੇ ਸੱਚ ਲਈ ਮੂੰਹ ਭੰਨਦੇ ਸਰਕਾਰਾਂ ਦੇ, ਜੋ ਲੜਕੇ ਹੱਕ ਤੇ ਸੱਚ ਲਈ ਮੂੰਹ ਭੰਨਦੇ ਸਰਕਾਰਾਂ ਦੇ, ਭਗਤੀ ਨਾਲੇ ਆਪਣੇ ਸਿੱਖਾਂ ਨੂੰ, ਭਗਤੀ ਨਾਲੇ ਆਪਣੇ ਸਿੱਖਾਂ ਨੂੰ ਸ਼ਕਤੀ ਦਾ ਪਾਠ ਪੜਾ ਜਾਂਦਾ, ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ, ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ, ਜੋ ਆਸ਼ਕ ਅਣਖੇ ਆਜ਼ਾਦੀ ਦੇ, ਜੋ ਆਸ਼ਕ ਅਣਖੇ ਆਜ਼ਾਦੀ ਦੇ, ਜੋ ਆਸ਼ਕ ਅਣਖੇ ਆਜ਼ਾਦੀ ਦੇ, ਨਾ ਮੌਤ ਵਰਨ ਤੋਂ ਡਰਦੇ ਨੇ, ਆ ਲੋਕ ਪੂਜਦੇ ਉਹਨਾਂ ਨੂੰ ਜੋ ਲੋਕਾਂ ਖਾਤਰ ਮਰਦੇ ਨੀ, ਸਭ ਲੋਕ ਪੂਜਦੇ ਉਹਨਾਂ ਨੂੰ ਜੋ ਲੋਕਾਂ ਖਾਤਰ ਮਰਦੇ ਨੀ, ਜਦ ਬਣ ਕੇ ਤੇਗ ਬਹਾਦਰ ਕੋਈ, ਜਦ ਬਣ ਕੇ ਤੇਗ ਬਹਾਦਰ ਕੋਈ ਇਹ ਲੋਕਾਂ ਨੂੰ ਸਮਝਾ ਜਾਂਦਾ, ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ, ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ, ਉਹ ਜਦ ਬਾਪੂ ਗੋਬਿੰਦ ਸਿੰਘ ਜਿਹਾ ਕੋਈ ਦਾਨੀ ਹੋਵੇ ਪੁੱਤਾਂ ਦਾ, ਫਿਰ ਕੌਮ ਤੋਂ ਸਦਾ ਬਹਾਰ ਰਹੇ ਨਾ ਅਸਰ ਕਬੂਲੇ ਰੁੱਤਾਂ ਦਾ, ਫਿਰ ਕੌਮ ਤੋਂ ਸਦਾ ਬਹਾਰ ਰਹੇ ਨਾ ਅਸਰ ਕਬੂਲੇ ਰੁੱਤਾਂ ਦਾ, ਕਮਜ਼ੋਰ ਗਟਾਰਾ ਚਿੜੀਆਂ ਨੂੰ, ਕਮਜ਼ੋਰ ਗਟਾਰਾ ਚਿੜੀਆਂ ਨੂੰ
ਜੋ ਬਾਜਾਂ ਨਾਲ ਲੜਾ ਜਾਂਦਾ ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ ਉਹ ਤਕਦੀਰ ਬਦਲਦੀ ਕੌਮਾਂ ਦੀ ਤਕਦੀਰ ਬਦਲਦੀ ਕੌਮਾਂ ਦੀ ਜਦ ਬੰਦ ਬੰਦ ਨੇ ਕੱਤੀ ਦੇ ਚੜ ਚਰਖੜੀਆਂ ਦੇ ਦੰਦਿਆਂ ਤੇ ਫਿਰ ਗੀਤ ਅਣਖ ਦੇ ਰੱਟੀ ਦੇ ਚੜ ਚਰਖੜੀਆਂ ਦੇ ਦੰਦਿਆਂ ਤੇ ਫਿਰ ਗੀਤ ਅਣਖ ਦੇ ਰੱਟੀ ਦੇ ਕੋਈ ਹਰਿਮੰਦਰ ਦੇ ਅਜਮਤ ਲਈ ਕੋਈ ਹਰਿਮੰਦਰ ਦੀ ਅਜਮਤ ਕੋਈ ਹਰਿਮੰਦਰ ਦੇ ਅਜਮਤ ਲਏ ਉਹ ਤਲੀਆਂ ਸੀ ਸਟਕਾ ਜਾਂਦਾ ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ ਉਹ ਜਦ ਬੰਦੇ ਵਰਗਾ ਬੰਦਾ ਕੋਈ ਬੜੇ ਆਗੂ ਅੱਗੇ ਆ ਜਾਵੇ ਲੈ ਬਦਲਾ ਆਪਣੇ ਵੈਰੀ ਤੋਂ ਜੋ ਇਤਨਾ ਇਤ ਖੜਕਾ ਜਾਵੇ ਲੈ ਬਦਲਾ ਆਪਣੇ ਵੈਰੀ ਤੋਂ ਜੋ ਇਤਨਾ ਇਤ ਖੜਕਾ ਜਾਵੇ ਦਿਲ ਕੱਢ ਕੇ ਸਾਵੇ ਪੁੱਤਰ ਦਾ ਦਿਲ ਕੱਢ ਕੇ ਸਾਵੇ ਪੁੱਤਰ ਦਾ ਮੂੰਹ ਆਪਣੇ ਵਿੱਚ ਪਵਾ ਜਾਂਦਾ ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ ਉਹ ਦੁੱਲੇ ਰਣਜੀਤ ਬਹਾਦਰ ਨੇ ਦੁੱਲੇ ਰਣਜੀਤ ਬਹਾਦਰ ਨੇ ਮੂੰਹ ਭੰਨੇ ਜ਼ੁਲਮੀ ਸਾਨਾਂ ਦੇ ਨਾ ਸੁਣ ਕੇ ਅੱਜ ਵੀ ਨਲੂਏ ਦਾ ਦਿਲ ਜਾਂਦੇ ਦਿਲ ਪਛਾਣਾਂ ਦੇ ਨਾ ਸੁਣ ਕੇ ਅੱਜ ਵੀ ਨਲੂਏ ਦਾ ਦਿਲ ਜਾਂਦੇ ਦਿਲ ਪਛਾਣਾਂ ਦੇ ਫਿਰ ਕਦੇ ਅਕਾਲੇ ਫੁੱਲਾ ਸਿਓਂ ਫਿਰ ਕਦੇ ਅਕਾਲੀ ਫੁੱਲਾ ਸਿਓਂ ਫਿਰ ਕਦੇ ਅਕਾਲੇ ਫੁੱਲਾ ਸਿਓਂ ਜਿੰਦ ਪੰਤ ਦੇ ਲੇਖੇ ਲਾ ਜਾਂਦਾ ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ ਉਹ ਜਿਸ ਕੌਮ ਚ ਪਿੰਡ ਸਰਾਬੇ ਦੇ ਹੋਵਨ ਗੱਭਰੂ ਕਰਤਾਰ ਜੇ ਸਿੰਘ ਵੀਰ ਹਕੀਕਤ ਭਗਤ ਜੇ ਤੇ ਊਧਮ ਸਿੰਘ ਸਰਦਾਰ ਜੇ ਸਿੰਘ ਵੀਰ ਹਕੀਕਤ ਭਗਤ ਜੇ ਤੇ ਊਧਮ ਸਿੰਘ ਸਰਦਾਰ ਜੇ ਵੈਰੀ ਤੋਂ ਬਦਲਾ ਲੈਣ ਲਈ ਵੈਰੀ ਤੋਂ ਬਦਲਾ ਲੈਣ ਲਏ ਵੈਰੀ ਤੋਂ ਬਦਲਾ ਲੈਣ ਲਏ ਲੰਘ ਸੱਤ ਸਮੁੰਦਰ ਤਾ ਜਾਂਦਾ ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ ਉਹ ਜਦ ਜਦ ਵੀ ਸਿੰਘ ਸਰਦਾਰਾਂ ਨੂੰ ਜਦ ਜਦ ਵੀ ਸਿੰਘ ਸਰਦਾਰਾਂ ਨੂੰ ਕਦੇ ਭਾਜੀ ਪਾਈ ਦਿੱਲੀ ਨੇ ਕਿਤੇ ਭੁੱਲ ਭੁਲੇਖੇ ਸ਼ੇਰਾਂ ਨੂੰ ਕਦੇ ਅੱਖ ਵਿਖਾਈ ਬਿੱਲੀ ਨੇ ਕਿਤੇ ਭੁੱਲ ਭੁਲੇਖੇ ਸ਼ੇਰਾਂ ਨੂੰ ਕਦੇ ਅੱਖ ਵਿਖਾਈ ਬਿੱਲੀ ਨੇ ਫਿਰ ਪੱਗ ਕੌਮ ਦੇ ਸਾਂਭਣ ਲਈ ਫਿਰ ਪੱਗ ਕੌਮ ਦੀ ਸਾਂਭਣ ਲਏ ਫਿਰ ਪੱਗ ਕੌਮ ਦੇ ਸਾਂਭਣ ਲਏ ਭਿੰਡਰਾਂ ਦਾ ਸੰਤ ਕਹਾ ਜਾਂਦਾ ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ ਓਏ ਅਸਲ ਹਕੀਕਤ ਮਰਦਾਂ ਦੀ ਇਹ ਅਸਲ ਹਕੀਕਤ ਮਰਦਾਂ ਦੀ ਕੋਈ ਗੋਂਦ ਖਿਆਲ ਨਹੀਂ ਗੁੰਦੀ ਨਾ ਜੇ ਸ਼ੱਕ ਤਾਂ ਪਰ ਇਤਿਹਾਸ ਲਵੋ ਕਲਮਾ ਤੋਂ ਗਿਣਤੀ ਹੁੰਦੀ ਨਾ ਜੇ ਸ਼ੱਕ ਤਾਂ ਪਰ ਇਤਿਹਾਸ ਲਵੋ ਕਲਮਾ ਤੋਂ ਗਿਣਤੀ ਹੁੰਦੀ ਨਾ ਗੁਰਜੰਟ ਬੱਬਰ ਤੇ ਬਿੱਟੂ ਦਾ ਗੁਰਜੰਟ ਬੱਬਰ ਤੇ ਬਿੱਟੂ ਦਾ ਗੁਰਜੰਟ ਬੱਬਰ ਤੇ ਬਿੱਟੂ ਦਾ ਬਣ ਪੰਜ ਵੜ ਸਕਾ ਭਰਾ ਜਾਂਦਾ ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ ਆ ਜਾਂਦਾ ਉਹ ਕੌਮ ਜੇ ਆਉਂਦੇ ਦੁਨੀਆਂ ਤੇ ਜਿਹਨੂੰ ਵੱਲ ਮਰਨ ਦਾ
ਆ ਜਾਂਦਾ ਹੋ। ਉਹਨਾਂ ਕੌਮਾਂ ਨੂੰ ਕੋਈ ਆਜ਼ਾਦ ਹੋਣ ਤੋਂ ਰੋਕ ਨਹੀਂ ਸਕਿਆ ਜਿਨ੍ਹਾਂ ਕੌਮਾਂ ਦੇ ਦਿਲ ਵਿੱਚ ਮਨੁੱਖਤਾ ਦਾ ਪਿਆਰ ਹੋਵੇ ਤੇ ਸ਼ਹਾਦਤਾਂ ਦੇ ਚਾਹ ਹੋਣ। ਗੁਰੂ ਪਿਆਰੀ ਸਾਧ ਸੰਗਤ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦਾ ਪਹਿਲਾ ਜੰਗ ਤੁਹਾਡੇ ਚਰਨਾਂ ਵਿੱਚ ਰੱਖ ਰਿਹਾ ਸਾਂ। ਸਿੱਖ ਕੌਮ ਨੇ ਇਸ ਤੋਂ ਪਹਿਲਾਂ 4 ਜੰਗ ਲੜ ਕੇ ਜਿੱਤੇ। 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦੇਖ ਰੇਖ ਹੇਠਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਜੀਵਨ ਦੀ ਜੰਗ, ਜੋ ਪਾਉਂਟਾ ਸਾਹਿਬ ਰਹਿੰਦਿਆਂ ਗੁਰੂ ਸਾਹਿਬ ਇੱਥੋਂ ਜੰਗ ਤੋਂ ਟਾਲਾ ਕਰਕੇ ਆਨੰਦਪੁਰ ਸਾਹਿਬ ਤੋਂ ਗਏ ਸਨ, ਪਰ ਬਾਈ ਤਿਹਾਰ ਦੇ ਪਹਾੜੀ ਰਾਜਿਆਂ ਨੇ ਬਹਾਨਾ, ਕੁਝ ਕਾਰਨ ਪੈਦਾ ਹੋਏ, ਕੀਮਤੀ ਚੀਜ਼ਾਂ ਗੁਰੂ ਦਰਬਾਰ ਦੀਆਂ ਤੇ ਦਿਲ ਲਲਚਾਉਂਦਾ ਸੀ ਭੀਮ ਚੰਦ ਬਾਦਸ਼ਾਹ ਦਾ, ਉਹ ਮੰਗ ਕੇ ਇਰਾਦਾ ਨੱਪਣ ਦਾ ਸੀ, ਗੁਰੂ ਉਹਦੀ ਨੀਅਤ ਨੂੰ ਭੰਪ ਗਿਆ, ਉਹ ਚੀਜ਼ਾਂ ਉਧਾਰੀਆਂ ਨਾ ਦਿੱਤੀਆਂ। ਇਸ ਚੀਜ਼ ਦਾ ਰਾਜਾ ਰਾਜਾ ਹੋਣ ਦਾ ਹੰਕਾਰ ਮਨ ਵਿੱਚ ਪਾਲ ਬੈਠਾ, ਮੈਂ ਇੱਕ ਰਾਜਾ, ਮਾਣ ਤਾਂ ਪਿੰਡ ਦਾ ਸਰਪੰਚ ਨਹੀਂ ਹੁੰਦਾ, ਉਹ ਕੋਈ ਚੀਜ਼ ਹਧਾਰੀ, ਟਰੈਕਟਰ ਟਰਾਲੀ ਹਲ ਕਿਸੇ ਤੋਂ ਲੈਣ ਘੱਲਦੇ ਤੇ ਉਹਨੂੰ ਜਵਾਬ ਦੇ ਦੇਵੇ ਉਹਦੇ ਸਿਰੀ ਨੂੰ ਵੀ ਕੋਈ, ਤਾਂ ਗੁੱਸਾ ਤਾਂ ਉਹ ਕਰਦਾ। ਇਹ ਤਾਂ ਰਾਜਾ ਸੀ, ਉਹਨੂੰ ਇੱਕ ਵਹਿਮ ਹੈ ਕਿ ਮੇਰੀ ਰਿਆਸਤ ਦੇ ਅੰਦਰ, ਰਿਆਸਤ ਦਾ ਨਾਂ ਕਹਿਲੂਰ ਹੈ ਪਰ ਰਾਜਧਾਨੀ ਜਿਸ ਸ਼ਹਿਰ ਦੇ ਵਿੱਚ ਉਹ ਬਿਲਾਸਪੁਰ ਹੈ, ਬਿਲਾਸਪੁਰ ਦਾ ਭੀਮ ਚੰਦ ਰਾਜਾ ਕਹਿਲੂਰੀਆ ਇਹ ਭਰਮ ਪਾਲ ਬੈਠਾ ਕਿ ਆਨੰਦਪੁਰ ਮੇਰੇ ਹਲਕੇ ਜਾਂ ਮੇਰੇ ਇਲਾਕੇ ਜਾਂ ਮੇਰੀ ਰਿਆਸਤ ਜਾਂ ਮੇਰੀ ਰਾਜਧਾਨੀ ਵਿੱਚ ਹੈ, ਭਾਵਾਂ ਆਨੰਦਪੁਰ ਬੈ 9ਵੇਂ ਪਾਤਸ਼ਾਹ ਨੇ ਧਰਤੀ ਮੁੱਲ ਲੈ ਕੇ ਵਸਾਇਆ ਸੀ, ਪਰ ਗੁਰੂ ਮੇਰੇ ਇਲਾਕੇ ਦੇ ਜੰਗਲਾਂ ਦੇ ਵਿੱਚ ਸ਼ਿਕਾਰ ਖੇਡਦਾ, ਮੇਰੇ ਇਲਾਕੇ ਦੇ ਵਿੱਚ ਰਹਿੰਦਾ, ਮੇਰੇ ਮੁਤਾਬਕ ਕਿਉਂ ਨਹੀਂ ਚੱਲਦਾ, ਕੀਮਤੀ ਚੀਜ਼ਾਂ ਮੈਨੂੰ ਹਧਾਰੀਆਂ ਨਹੀਂ ਦਿੱਤੀਆਂ, ਪੁੱਤ ਦੇ ਵਿਆਹ ਦਾ ਬਹਾਨਾ ਬਣਾਇਆ ਸੀ। ਜੰਗ ਲੜਨ ਵਾਸਤੇ ਕਿ ਜਿਹੜੇ ਹਾਥੀ ਪ੍ਰਸ਼ਾਦੀ ਤੋਂ ਜਵਾਬ ਦਿੱਤਾ ਹੈ ਉਹ ਖੋ ਕੇ ਉਹਦੇ ਉੱਤੇ ਬੰਨ ਕੇ ਨੂੜ ਕੇ ਲਿਆਉਣਾ ਹੈ ਗੁਰੂ ਗੋਬਿੰਦ ਸਿੰਘ ਨੂੰ। ਫੌਜ ਨੂੰ ਕਹਿੰਦਾ ਤਿਆਰੀ ਵੱਟੋ, ਤੇ ਰਾਣੀ ਨੇ ਰੋਕਿਆ, ਮਾਵਾਂ ਨੂੰ ਹਮੇਸ਼ਾ ਹੀ ਆਪਣੇ ਪੁੱਤਰਾਂ ਨਾਲ ਇੰਨਾ ਹੇਜ ਹੁੰਦਾ, ਇੰਨਾ ਪਿਆਰ ਹੁੰਦਾ, ਇੰਨੀ ਮਮਤਾ ਹੁੰਦੀ ਹੈ, ਮਾਵਾਂ ਸੋਚਦੀਆਂ ਇਹ ਰਾਣੀ ਵੀ ਇੱਕ ਮਾਂ ਸੋਚਦੀ ਮੇਰੇ ਪੁੱਤ ਦਾ ਵਿਆਹ ਹੋਣਾ ਸੀ ਤੇ ਬਾਪ ਹੀ ਵਿਆਹ ਦੇ ਵਿੱਚ ਬੀ ਦਾ ਲੇਖਾ ਬਦਸਗਣੀ ਕਰਨ ਲੱਗਾ, ਗੁਰੂ ਨਾਲ ਜੰਗ ਵਿੱਢਣ ਲੱਗਾ, ਲੜਾਈ ਵਿੱਢਣ ਲੱਗਾ, ਪੁੱਤ ਦਾ ਹਜੇ ਵਿਆਹ ਨਹੀਂ ਕੀਤਾ। ਰਾਣੀ ਸਮਝਾ ਰਹੀ ਹੈ ਰਾਜਿਆ ਜਿੱਤ ਕੇ ਵੀ ਕੋਈ ਤੇਰੀ ਏਡੀ ਵੱਡੀ ਵਡਿਆਈ ਨਹੀਂ ਬਣਨੀ ਇੱਕ ਦਰਵੇਸ਼ ਬੰਦਾ, ਜੇ ਤੂੰ ਗੁਰੂ ਨੂੰ ਜਿੱਤ ਵੀ ਲਵੇ ਲੋਕਾਂ ਨੇ ਆਖਣਾ ਇੱਕ ਪੀਰ ਫਕੀਰ ਸਾਧ ਬੰਦੇ ਨੂੰ ਜਿੱਤ ਕੇ ਕਿੱਡੀ ਕਮਾਲੀ ਮਾਰ ਲਈ, ਪਰ ਜੇ ਹਰ ਗਿਆ ਨੱਕ ਨਹੀਂ ਰਹਿਣਾ, ਬੜੀ ਤੇਰੀ ਬੇਇੱਜ਼ਤੀ ਹੋਵੇਗੀ, ਆਪਣੇ ਆਪ ਨੂੰ ਮੁਖੀ ਘੋਣਾ, 22 ਧਾਰਾਂ ਦੇ ਰਾਜਿਆਂ ਦਾ ਮੁਖੀ, ਇਹ 22 ਧਾਰਾਂ ਸਨ ਪਹਾੜਾਂ ਚੋਂ ਉੱਤੋਂ ਵਹਿੰਦੀਆਂ, ਇੱਕ ਧਾਰ ਤੋਂ ਦੂਸਰੀ ਧਾਰ ਤੱਕ ਜਿਹੜਾ ਰਕਬਾ ਹੁੰਦਾ ਸੀ ਉਹਦਾ ਇੱਕ ਰਾਜਾ, ਦੂਜੀ ਧਾਰ ਤੱਕ ਦਾ ਦੂਸਰਾ ਰਾਜਾ, ਤੀਜੀ ਧਾਰ, ਐਂ 22 ਧਾਰਾਂ ਥੱਲੇ ਆਉਂਦੀਆਂ ਸਨ ਤੇ ਇਲਾਕੇ ਦੀ ਵੰਡ ਹੋਈ ਸੀ, 22 ਰਾਜੇ ਸਨ ਉਸ ਰਕਬੇ ਦੇ, ਇਸ ਕਰਕੇ ਉਹਨਾਂ ਨੂੰ 22 ਧਾਰ ਦੇ ਰਾਜੇ ਆਖਿਆ ਜਾਂਦਾ, ਉਹ ਸਾਰੇ ਹਿੰਦੂ ਸਨ। ਰਾਣੀ ਨੂੰ ਬੜਾ ਫਿਕਰ ਲੱਗਾ, ਮਾਵਾਂ ਆਪਣੇ ਬੱਚੇ ਦੇ ਵਿਆਹ ਤੇ ਬੜਾ ਸ਼ੁੱਭ ਤੇ ਅਸ਼ੁੱਭ ਸਮਝਦੀਆਂ, ਪੁੱਤਰ ਦੇ ਵਿਆਹ ਦਾ ਚਾਅ ਵੀ ਬੜਾ ਹੁੰਦਾ ਮਾਵਾਂ ਨੂੰ। ਗੁਰੂ ਪਿਆਰੀ ਸਾਧ ਸੰਗਤ, ਮੈਨੂੰ ਇੱਕ ਗੱਲ ਚੇਤੇ ਆ ਗਈ, ਇੱਕ ਮਾਂ ਉਹਦੇ ਇੱਕੋ ਇੱਕ ਪੁੱਤਰ ਹੈ, ਇੱਕ ਧੀ ਹੈ ਵੱਡੀ, ਉਹ ਵਿਆਹ ਤੀ, ਪ੍ਰਾਹੁਣਾ ਆਇਆ,
ਮਾਂ ਨੇ ਸੋਚਿਆ ਕਿ ਮੈਂ ਜਦ ਲਵੇਰਾ ਭੱਜ ਗਿਆ, ਦੁੱਧ ਘਰੇ ਨਾ ਹੋਇਆ, ਥੋੜਾ ਥੋੜਾ ਘਿਓ ਜੋੜਦੀ ਰਵਾਂ, ਕੁੱਜੀ ਚ ਪਾ ਕੇ ਰੱਖੀ ਜਾਵਾਂ ਪਾਸੇ, ਜਦੋਂ ਦੁੱਧ ਨਾ ਹੋਇਆ ਰਿੜਕਣ ਜੋਗਾ ਤੇ ਉਦੋਂ ਪੁੱਤ ਮੇਰਾ ਖਾ ਲਿਆ ਕਰੋ। ਘਿਓ ਜੋੜਿਆ ਕੁੱਜੀ ਦੇ ਵਿੱਚ ਤੇ ਪ੍ਰਾਹੁਣਾ ਆ ਗਿਆ। ਪੰਜਾਬ ਦੇ ਵਿੱਚ ਪ੍ਰਾਹੁਣਿਆਂ ਨੂੰ ਵੀ ਬੜੀ ਸਮਾਜ ਦੇ ਵਿੱਚ ਇੱਕ ਵਡਿਆਈ ਮਿਲੀ ਹੈ। ਉਹ ਸਹੁਰਿਆਂ ਦੇ ਪਿੰਡ ਜਦੋਂ ਅੱਡੇ ਤੋਂ ਉੱਤਰ ਕੇ ਜਾਂਦੇ, ਪਹਿਲਾਂ ਤਾਂ ਗਲੀ 'ਚ ਇਕੱਲਾ ਤੁਰਦਾ ਚੌੜਾ ਹੋ ਕੇ ਵੀ ਮੈਂ ਇਸ ਪਿੰਡ ਦਾ ਪ੍ਰਾਹੁਣਾ ਹੈ, ਤੇ ਫਿਰ ਘਰੇ ਜਾ ਕੇ ਮਾਣਨੀ ਮੈਂ ਇਸ ਘਰ ਦਾ ਪ੍ਰਾਹੁਣਾ, ਕਿਉਂ ਸਮਾਜ ਦੇ ਵਿੱਚ ਇੱਕ ਗੱਲ ਬਣੀ ਹੈ ਵੀ ਜਦੋਂ ਸਹੁਰਿਆਂ ਦੇ ਘਰੇ ਜਿੰਨਾ ਚਿਰ ਪ੍ਰਾਹੁਣਿਆਂ ਪ੍ਰਾਹੁਣਿਆਂ ਹੁੰਦੀ ਹੈ ਵਡਿਆਈ ਤੇ ਮਾਣ ਉਹਨਾਂ ਚਿਰ ਹੀ ਮਿਲਦਾ, ਜਦੋਂ ਫੁੱਫੜਾ ਫੁੱਫੜਾ ਹੋਣ ਲੱਗ ਪਏ, ਰਿਸ਼ਤੇਦਾਰੀ ਪੁਰਾਣੀ ਹੋ ਜਾਂਦੀ ਹੈ, ਉਦੋਂ ਫਿਰ ਸਤਿਕਾਰ ਘੱਟ ਜਾਂਦਾ ਹੈ। ਇਸ ਕਰਕੇ ਜਿੰਨਾ ਚਿਰ ਪ੍ਰਾਹੁਣੇ ਆ ਉਹਨਾਂ ਚਿਰ ਫਿਰ ਚੌੜਾ ਹੋ ਕੇ ਤੁਰਦਾ ਹੈ, ਤੇ ਮਾਂ ਨੂੰ ਫਿਕਰ ਪੈ ਗਿਆ ਕਿ ਭਾਵਾਂ ਜਵਾਈ ਹੈ ਧੀ ਦੇ ਕੇ ਪੁੱਤ ਵਟਾਈਦਾ ਹੈ ਤਾਂ ਮੇਰੇ ਪੁੱਤਾਂ ਵਰਗਾ। ਪਰ ਮਾਵਾਂ ਦਿਲ ਤੇ ਹੱਥ ਰੱਖ ਕੇ ਵੇਖੋ, ਪੁੱਤਾਂ ਵਾਲੀ ਥਾਂ ਜਵਾਈ ਲੈਂਦਾ ਨਹੀਂ, ਹੁੰਦਾ ਤਾਂ ਪੁੱਤਾਂ ਵਰਗਾ ਹੀ ਹੈ, ਪਰ ਜਿਹੜੀ ਥਾਂ ਪੁੱਤ ਦੀ ਆ ਨਾ ਮਾਂ ਦੇ ਦਿਲ ਵਿੱਚ, ਉਹ ਜਵਾਈ ਦੀ ਓਨੀ ਥਾਂ ਨਹੀਂ ਗਹਿਰੀ। ਮਾਂ ਨੇ ਸੋਚਿਆ ਕਿ ਚਲੋ ਜਵਾਈ ਆਇਆ ਲੋਕ ਲੱਜੋ, ਉਹਨੇ ਘਿਓ ਤੱਤਾ ਕੀਤਾ ਵੀ ਥੋੜਾ ਪੈ ਜੂਗਾ, ਥੋੜੇ ਨਾਲ ਸਰਜੂ। ਪ੍ਰਾਹੁਣੇ ਦੇ ਮੂਹਰੇ ਖੰਡ ਵਾਲਾ ਛੰਨਾ ਰੱਖਤਾ ਤੇ ਘਿਓ ਰੱਖਤਾ ਅੱਗ ਤੇ ਕੁੱਜੀ, ਭੱਜ ਕੇ ਗਈ ਵੀ ਲੋੜ ਜਗ੍ਹਾ ਤੱਤਾ ਹੋ ਗਿਆ ਹੋਊਗਾ, ਤੱਤਾ ਪਾਇਆ ਥੋੜੇ ਨਾਲ ਸਰਜੂ, ਕੱਚਾ ਪਾਇਆ ਬਾਹਲਾ ਪੈਜੂ। ਲੋੜ ਜੋਗਾ ਤੱਤਾ ਹੋ ਗਿਆ, ਅੱਧਾ ਕੁ ਤੱਤਾ ਹੋ ਗਿਆ ਤੇ ਅੱਧਾ ਕੁ ਉੱਤੇ ਖਰੇਪੜ ਜਿਹਾ ਤੁਰਿਆ ਫਿਰੇ। ਮਾਤਾ ਪ੍ਰਾਹੁਣੇ ਦੇ ਮੂਹਰੇ ਰੱਖੇ ਛੰਨੇ ਦੇ ਵਿੱਚ ਖੰਡ ਵਾਲੇ ਦੇ ਵਿੱਚ ਘਿਓ ਦੀ ਤਤੀਰੀ ਜੀ ਬੰਨ ਕੇ ਪਾਉਣ ਲੱਗੀ, ਖਰੇਪੜ ਜਿਹਾ ਪਹਿਲਾਂ ਡਿੱਗ ਪਿਆ, ਤਤੀਰੀ ਬੰਨ ਕੇ ਪਾਇਆ ਘਿਓ, ਉਹ ਮਗਰੋਂ ਪਿਆ ਥੋੜਾ ਪਿਆ। ਤਾਂ ਗੁਰੂ ਪਿਆਰੀ ਸਾਹ ਸੰਗਤ ਮਹਾਂ ਨੇ ਮੱਥੇ ਤੇ ਹੱਥ ਮਾਰਿਆ ਵੀ ਸੋਚਿਆ ਸੀ ਸਰਫਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ, ਸੋਚਿਆ ਸੀ ਵੀ ਪੁੱਤ ਆਸਤੇ ਬੱਜ ਜੇ ਦੋ ਦਿਨ ਪ੍ਰਾਹੁਣਾ ਰਿਹਾ ਵੀ ਤਾਂ ਥੋੜੇ ਨਾ ਸਰ ਜਾਏ, ਪਰ ਹੁਣ ਪ੍ਰਾਹੁਣੇ ਦੇ ਮੂਹਰੋਂ ਚੱਕਾਂ ਕਿਵੇਂ। ਮਾਤਾ ਨੂੰ ਜਸਵੰਤ ਸਿੰਘ ਕਮਲ, ਉਸਨੇ ਬਹੁਤ ਕੁਝ ਲਿਖਿਆ ਹੈ। ਜਦੋਂ ਹਾਲਾਤ ਉਹੋ ਜਿਹੇ ਸਨ, ਕੌਮ ਨੂੰ ਅਗਵਾਈ ਵੀ ਦਿੱਤੀ, ਬੜੀਆਂ ਲਿਖਤਾਂ ਲਿਖੀਆਂ। ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਢੁੱਡੀ ਕੇ ਪਿੰਡ ਦੇ ਜਸਵੰਤ ਸਿੰਘ ਕਮਲ ਬੜੇ ਤਕੜੇ ਨਾਵਲਿਸਟ ਹੈ, ਉਹ ਇੱਕ ਥਾਂ ਤੇ ਲਿਖਦਾ ਹੈ, ਕਹਿੰਦਾ ਮਰਦ ਦੇ ਨਾਲੋਂ ਔਰਤ ਵਿਪਤਾ ਦੇ ਵਿੱਚ ਬੜੀ ਜਲਦੀ ਬੜਾ ਵਧੀਆ ਫੈਸਲਾ ਕਰਦੀ ਹੈ ਮਰਦ ਦੇ ਨਾਲੋਂ। ਸੋ ਮਾਤਾ ਨੇ ਵੀ ਫੈਸਲਾ ਕੀਤਾ ਕਿ ਚਲੋ ਘਿਓ ਪ੍ਰਾਹੁਣੇ ਮੂਹਰੋਂ ਚੁੱਕਿਆ ਤਾਂ ਨਹੀਂ ਜਾ ਸਕਦਾ ਤੇ ਮੁੰਡੇ ਨੂੰ ਨਾਲ ਬਿਠਾ ਕੇ ਖੁਆਇਆ ਤਾਂ ਜਾ ਹੀ ਸਕਦਾ ਨਾ। ਉਹਨੇ ਆਵਾਜ਼ ਮਾਰੀ ਉਹਦੇ, ਪੁੱਤ ਕਿੱਥੇ ਫਿਰਦਾ ਹੈ? ਮੁੰਡੇ ਨੇ ਗਲੀ ਚੋਂ ਆਵਾਜ਼ ਦਿੱਤੀ ਤੇ ਮਾਂ ਦੀ ਹੈ ਕਮਲਾ ਨਾ ਹੋਵੇ ਜਵਾਈ, ਭਾਈ ਵਿਚਾਰਾ ਇਕੱਲਾ ਖਾਈ ਜਾਂਦਾ ਹੈ ਤੇ ਤੂੰ ਗਲੀ ਵਿੱਚ ਖੇਡਦਾ ਫਿਰਦਾ ਹੈ। ਮੁੰਡੇ ਨੂੰ ਨਾਲ ਬਾਤਾ, ਮਨ ਵਿੱਚ ਮਾਂ ਦੇ ਇਹ ਹੈ ਵੀ ਅੱਧਾ ਘਿਓ ਪੁੱਤ ਖਾ ਲਏ ਜਿਹੜਾ ਭੁਲੇਖੇ ਨਾ ਪੈ ਗਿਆ। ਮੁੰਡਾ ਬਹਿ ਗਿਆ, ਹੁਣ ਮੁੰਡਾ ਮਗਰੋਂ ਆਇਆ ਸੀ ਉਹ ਸਰਾਣੇ ਅੱਲੀ ਬਹਿ ਗਿਆ, ਪ੍ਰਾਹੁਣਾ ਪਹਿਲਾਂ ਹੀ ਪੈਂਦ ਅੱਲੀ ਬੈਠਾ ਸੀ ਤੇ ਉਹਦੇ ਮੂਹਰੇ ਛੰਨਾ ਜਿਹੜਾ ਸੀ ਉਹ ਪੈਂਦ ਅੱਲੀ ਨੂੰ ਮੰਜਾ ਨੀਵਾਂ ਸੀ, ਉਧਰ ਨੂੰ ਛੰਨਾ ਨੀਵਾਂ ਸੀ, ਉਧਰ ਨੂੰ ਘਿਓ ਵਾਲਾ ਸੀ। ਮੁੰਡਾ ਉੱਚੇ ਪਾਸੇ ਬੈਠਾ ਸੁੱਕੀ ਖੰਡ ਨੂੰ ਬੁਰਕੀਆਂ ਲਾ ਲਾ ਕੇ ਖਾਈ ਜਾਵੇ ਤੇ ਪ੍ਰਾਹੁਣਾ ਬੁਰਕੀ ਦਾ ਬਣਾ ਕੇ ਚਮਚਾ ਸੂਟੇ ਮਾਰੀ ਜਾਵੇ, ਘਿਓ ਚੜਾਈ ਜਾਵੇ। ਬੇਬੇ ਨੂੰ ਪਾਸੇ ਖੜੀ ਨੂੰ ਵਲੇਟ ਪੈਣ ਵੀ ਜਿਹੜੇ ਕੰਮ ਨੂੰ ਮੁੰਡੇ ਨੂੰ ਨਾਲ ਬਾਇਆ ਸੀ ਪ੍ਰਾਪਰ ਹੋਰ ਨਹੀਂ ਰਿਹਾ, ਸਹੀ ਨਹੀਂ ਹੋ ਰਿਹਾ ਉਹ ਕੰਮ ਤੇ ਬੇਬੇ ਨੂੰ ਇੱਕ ਜੁਗਤ ਹੋਰ ਸੁੱਝੀ। ਉਹਨੇ ਦਵਾ ਦਵ ਮੁੰਡੇ ਦੀ ਬਾਂਹ ਫੜੀ, ਐ ਕਮਲਾ ਨਾ ਹੋਵੇ ਗਿਆ, ਆਣ ਕੇ ਸਰਾਣੇ ਵਾਲੇ ਪਾਸੇ ਬਹਿ ਗਏ। ਜਵਾਈ ਭਾਈ ਪੈਦਲੀ ਬੈਠਾ, ਪੁੱਤ ਜਵਾਈ ਨੂੰ ਵੀ ਕਹਿੰਦੀ ਮੁੰਡੇ ਨੂੰ ਪੈਦਲੀ ਬਿਠਾਤਾ ਤੇ ਜਵਾਈ ਨੇ ਪੁੱਤ ਨਾਲੇ ਤੇਰੇ ਪੈਦ ਚੁੱਭਦੀ ਉਹ ਨਾਲੇ ਸਾਡੇ ਵੱਡੀ ਥਾਂ ਤੇ ਆ, ਤੂੰ ਸਰਾਣੇ ਅੱਲੀ ਬਹਿ ਮੇਰਾ ਪੁੱਤ, ਸਰਾਣੇ ਅੱਲੀ ਬਾਤਾ। ਸੀਟਾਂ ਵਟਾਤੀਆਂ ਬੇਬੇ ਨੇ, ਮੁੰਡਾ ਪੈਦਲੀ ਜਿੱਧਰ ਛੰਨਾ ਨੀਵਾਂ ਸੀ ਘਿਓ ਵਾਲਾ ਸੀ ਤੇ ਪ੍ਰਾਹੁਣਾ ਸਰਾਣੇ ਅੱਲੀ ਕਰਤਾ। ਪ੍ਰਾਹੁਣਾ ਉਦੋਂ ਨੂੰ ਸਮਝ ਗਿਆ, ਉਹ ਆਂਦਾ ਬੇਬੇ ਇੱਥੋਂ ਤੌਲੀਆ ਤਾਂ ਫੜਾਈ। ਬੇਬੇ ਭੱਜ ਕੇ ਲਿਆਈ, ਉਹਨੇ ਆਖਿਆ ਵੀ ਚਲੋ ਪ੍ਰਾਹੁਣੇ ਨੇ ਰੋਟੀ ਛਕ ਲਈ ਹੋਣੀ, ਪ੍ਰਸ਼ਾਦਾ ਛਕ ਲਿਆ ਹੋਣਾ, ਛੇਤੀ ਕੰਮ ਨਿਬੜਿਆ। ਭੱਜ ਕੇ ਤੌਲੀਆ ਲਿਆਈ ਤੇ ਪ੍ਰਾਹੁਣੇ ਨੇ ਦੇ ਕੇ ਵੱਟ ਜਿਹਾ ਉਹਨੂੰ ਗੋਲ ਜਿਹਾ ਕਰਕੇ ਬਣਾ ਕੇ ਇਹਨੂੰ ਮੁੰਡੇ ਵਾਲੇ ਪਾਸੇ ਛੰਨੇ ਦੇ ਹੇਠਾਂ ਦੇਤਾ, ਘਿਓ ਆਪਦੇ ਲਈ ਸਾਰਾ ਕਰ ਲਿਆ, ਉਧਰਲਾ ਪਾਸਾ ਉੱਚਾ ਕਰਤਾ। ਹੁਣ ਪ੍ਰਾਹੁਣਾ ਫੇਰ ਖਾਈ ਜਾਂਦਾ ਤੇ ਮੁੰਡਾ ਸੁੱਕੀ ਖੰਡ ਖਾਈ ਜਾਂਦਾ। ਬੇਬੇ ਨੂੰ ਫੇਰ ਫਿਕਰ ਲੱਗਾ
ਉਹ ਸਿਰ ਤੇ ਖੜੀ ਪ੍ਰਾਹੁਣੇ ਨੂੰਆਂ ਦੀ ਪੁੱਤ ਮੈਨੂੰ ਨਾ ਵਿਚੋਲਣ ਨੇ ਮੇਰੀ ਧੀ ਦਾ ਜਿਹਨੇ ਤੈਨੂੰ ਰਿਸ਼ਤਾ ਕਰਾਇਆ ਉਹਨੇ ਦੱਸਿਆ ਮੇਰੀ ਧੀ ਨੂੰ ਤੇਰੀ ਮਾਂ ਤੇ ਤੇਰੀ ਭੈਣ ਬੜੀਆਂ ਰੋਜ਼ ਗਾਲਾਂ ਕੱਢਦੀਆਂ ਉਹਨਾਂ ਗਾਲਾਂ ਦੀਆਂ ਮੇਰੇ ਕਾਲਜੇ ਤੇ ਐ ਝਰੀਟਾਂ ਵੱਜੀਆਂ ਪਈਆਂ ਲਕੀਰਾਂ ਵੱਜੀਆਂ ਪਈਆਂ ਨਾਲੇ ਛੰਨੇਵੇ ਦੀ ਉਂਗਲਾਂ ਮਾਰ ਗਈ ਤੇ ਨਾਲੇ ਪ੍ਰਾਹੁਣੇ ਨੂੰ ਸਮਝਾ ਗਈ ਵੀ ਉਹਨਾਂ ਗਾਲਾਂ ਦੀਆਂ ਕਾਲਜੇ ਤੇ ਲਕੀਰਾਂ ਵੱਜੀਆਂ ਪਈਆਂ ਮਨ ਵਿੱਚ ਹੈ ਵੀ ਇਹਨਾਂ ਲਕੀਰਾਂ ਥਾਣੀ ਘਿਓ ਮੁੰਡੇਲੀ ਨੂੰ ਆ ਜਾਏ ਪ੍ਰਾਹੁਣਾ ਉਦੋਂ ਨੂੰ ਗੱਲ ਸਮਝ ਗਿਆ ਉਹਨੇ ਦੋਹਾਂ ਹੱਥਾਂ ਨਾਲ ਜੋ ਕੇ ਫੜ ਲਿਆ ਛੰਨਾ ਦਾ ਬੇਬੇ ਮੈਂ ਤੇਰੇ ਪੁੱਤਾਂ ਵਰਗਾ ਮੇਰੀ ਮਾਂ ਤੇ ਜੇ ਭੈਣ ਨੂੰ ਕੁਝ ਨਾ ਆਖੀ ਮੇਰੇ ਭਾਵਾਂ ਛਿੱਤਰ ਮਾਰ ਲਾ ਤੇਰੇ ਪੁੱਤਾਂ ਵਰਗਾ ਜੇ ਮਾਂ ਤੇ ਭੈਣ ਨੂੰ ਕੁਝ ਆਖਿਆ ਨਾ ਤੇ ਛੰਨਾ ਚੱਕ ਕੇ ਮੂੰਹ ਨੂੰ ਲਾ ਕੇ ਆਂਦਾ ਆਂਦਾ ਐ ਸੀਰ ਮੈਂ ਪੀ ਜੂ ਜਿਹੜੀ ਮਾਂ ਤੇ ਭੈਣ ਨੂੰ ਜੇ ਕੁਝ ਆਖਿਆ ਤਾਂ ਯੱਬ ਨਿਬੇੜਤਾ ਮੇਰਾ ਇਹ ਕਹਿਣ ਤੋਂ ਭਾਵ ਹੈ ਕਿ ਮਾਵਾਂ ਆਪਦੇ ਪੁੱਤਾਂ ਦੀ ਖਾਤਰ ਔਰਤ ਮੈਂ ਪੰਜਾਬ ਦੇ ਸੱਭਿਆਚਾਰ ਮੁਤਾਬਕ ਜ਼ਿਆਦਾ ਇੱਥੇ ਬੋਲਦਾ ਗਲਤੀ ਦੇ ਨਾਲ ਕਿਸੇ ਨੂੰ ਚੁੱਭ ਨਾ ਜਾਵੇ ਮਾਵਾਂ ਦੁੱਧ ਤੇ ਪੁੱਤ ਦੀ ਸਹੁੰ ਨਹੀਂ ਖਾਂਦੀਆਂ ਪੰਜਾਬ ਦੇ ਵਿੱਚ ਦੁੱਧ ਨੂੰ ਮਾਂ ਇੰਨਾ ਪਿਆਰ ਤਾਂ ਕਰਦੀ ਹੈ ਮੇਰੇ ਪੁੱਤ ਨੇ ਪੀਣਾ ਹੈ ਪੰਜਾਬ ਦੇ ਵਿੱਚ ਵੇਖਿਆ ਮੈਂ ਦੁੱਧ ਬਾਲਟੀ ਚੋਂ ਸਾਰਾ ਕੱਢ ਲਈਏ ਨਾ ਚੋ ਕੇ ਤੇ ਜਿਹੜੇ ਤਮਕੇ ਜੇ ਲੱਗੇ ਰਹਿ ਜਾਂਦੇ ਆ ਨਾ ਬਾਲਟੀ ਨੂੰ ਸਾਡੀਆਂ ਮਾਵਾਂ ਇੱਕ ਗਲਾਸ ਪਾਣੀ ਦਾ ਹੋਰ ਮਾਰਦੀਆਂ ਹੰਘਾਲ ਕੇ ਸਾਰਾ ਤੇ ਫਿਰ ਦੁੱਧ ਚ ਪਾ ਲੈਂਦੀਆਂ ਵੀ ਇਹ ਤਮਕੇ ਵੀ ਨਾ ਜਾਂਦੇ ਰਹਿਣ ਮੇਰੇ ਪੁੱਤ ਦੀ ਖੁਰਾਕ ਹੈ ਦੁੱਧ ਨੂੰ ਦੁੱਧ ਦੀ ਸੌ ਨਹੀਂ ਖਾਂਦੀ ਦੁੱਧ ਤੇ ਪੁੱਤ ਦੀ ਮਾਂ ਇਹ ਵੀ ਰਾਣੀ ਵੀ ਇੱਕ ਮਾਂ ਹੈ ਇਹਨੂੰ ਫਿਕਰ ਪਿਆ ਕਿ ਮੇਰਾ ਪਤੀ ਗੁਰੂ ਨਾਲ ਲੜਨ ਦੀ ਤਿਆਰੀ ਕਰ ਰਿਹਾ ਗੁਰੂ ਦੇ ਨਾਲ ਸਾਡੇ ਪਰਿਵਾਰਕ ਇੰਨੇ ਵਧੀਆ ਸੰਬੰਧ ਸਨ ਗੁਰੂ ਗੋਬਿੰਦ ਸਿੰਘ ਦੇ ਦਾਦੇ ਨੇ ਹਰਗੋਬਿੰਦ ਪਾਤਸ਼ਾਹ ਨੇ ਇਸੇ ਰਾਜੇ ਭੀਮ ਚੰਦ ਦੇ ਦਾਦੇ ਕਲਿਆਣ ਚੰਦ ਨੂੰ ਗਵਾਲੀਅਰ ਦੇ ਕਿਲ੍ਹੇ ਚੋਂ ਕੈਦ ਚੋਂ ਛਡਾਇਆ ਸੀ ਤੇ ਰਾਜਾ ਕਿੱਧਰਲੇ ਪਾਸੇ ਨੂੰ ਤੁਰ ਪਿਆ ਤੇ ਨਾਲੇ ਰਾਣੀ ਆਂਦੀ ਰਾਜਿਆ ਜੇ ਤੂੰ ਮੇਰੇ ਆਖੇ ਨਹੀਂ ਲੱਗਣਾ ਤੇ ਇੱਕ ਗੱਲ ਮੰਨ ਲਾ ਪੁੱਤ ਦਾ ਵਿਆਹ ਕਰ ਲਾ ਲੜ ਲਈ ਪਰ ਮਗਰੋਂ ਲੜ ਲਈ ਉਹਨੂੰ ਇਹ ਗੱਲ ਚੰਗੀ ਲੱਗੀ ਰਾਜੇ ਨੂੰ ਵੀ ਇਹ ਵਜ਼ੀਰ ਹੈ ਦੋਹਾਂ ਜੀਆਂ ਨੂੰ ਰਹਿ ਕਰ ਲੈਣੀ ਚਾਹੀਦੀ ਸਿਆਣਿਆਂ ਦੇ ਕੰਧ ਨੂੰ ਪੁੱਛ ਲੈਣਾ ਚਾਹੀਦਾ ਜੇ ਸਮਝ ਨਾ ਆਵੇ ਤੇ ਇਹ ਤਾਂ ਮੇਰੇ ਬਰਾਬਰ ਹੈ ਰਾਜੇ ਨੂੰ ਰਾਣੀ ਦੀ ਰਹਿ ਚੰਗੀ ਲੱਗੀ ਉਹਨੇ ਫਿਰ ਚਿੱਠੀ ਲਿਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਆਪਣਾ ਜਿੰਨਾ ਗੁੱਬ ਘਬਾਟ ਉਹ ਲੜ ਕੇ ਕੱਢਣਾ ਚਾਹੁੰਦਾ ਸੀ ਉਹਨੇ ਫਿਰ ਚਿੱਠੀ ਰਾਹੀਂ ਕੱਢਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਭੀਮ ਚੰਦ ਬਾਦਸ਼ਾਹ ਇੱਕ ਫਤਿਹ ਵੀ ਲਿਖਣੀ ਗੁੱਸੇ ਦੇ ਵਿੱਚ ਭੁੱਲ ਗਿਆ ਇੱਕ ਚਿੱਠੀ ਲਿਖਦਾ ਹੈ ਉਸ ਵੇਲੇ ਦਾ ਸੀਨ ਸਰਵਣ ਕਰੋ ਭੀਮ ਚੰਦ ਨੇ ਮੰਨ ਲਏ ਸੇਰਾਣੇ ਦੇ ਗੱਲ ਚਿੱਠੇ ਬੜੇ ਕਰੋਦਨਾ ਲਿਖੇ ਗੁਰੂ ਦੇ ਵੱਲ ਚਿੱਠੀ ਲਿਖਦਾ ਏ ਭੀਮ ਚੰਦ ਖੋਲ ਕੇ ਬਈ ਚਿੱਠੀ ਲਿਖਦਾ ਏ ਭੀਮ ਚੰਦ ਖੋਲ ਕੇ ਨਾਲੇ ਗੁੱਸੇ ਵਿੱਚ ਟੁੱਕਦਾ ਏ ਬੁੱਲ ਆਇਆ ਦਿਲ ਚ ਕਰੋ ਦਬਾਈ ਧਾਰ ਦੇ ਓਏ ਫਤਿਹ ਲਿਖਣੀ ਗੁਰੂ ਨੂੰ ਗਿਆ ਭੁੱਲ ਓਏ ਫਤਿਹ ਲਿਖਣੀ ਗੁਰੂ ਨੂੰ ਗਿਆ ਭੁੱਲ ਜਿੰਨਾ ਉਸਦੇ ਹਰਖ ਵਿੱਚ ਮਨ ਸੀ ਉਹ ਜਿੰਨਾ ਉਸਦੇ ਹਰਖ ਮਨ ਵਿੱਚ ਸੀ ਉਹ ਦਿੱਤਾ ਅੱਖਰਾਂ ਦੇ ਰਾਹੀਂ ਦਿੱਤਾ ਕੁੱਲ ਉਹ ਦਿੱਤਾ ਅੱਖਰਾਂ ਦੇ ਰਾਹੀਂ ਲਿਖ ਕੁੱਲ ਉਹ ਜਿਹੜਾ ਤਿੱਤੇ ਪੈਰ ਵੰਡਦਾ ਹੈ ਮਹਿਕ ਨੂੰ ਉਹ ਜਿਹੜਾ ਤਿੱਤੇ ਪੈਰ ਵੰਡਦਾ ਹੈ ਮਹਿਕ ਨੂੰ ਉਹ ਕੰਧੇ ਰੱਖਦਾ ਗੁਲਾਬ ਦਾ ਵੀ ਫੁੱਲ ਉਹ ਕੰਧੇ ਰੱਖਦਾ ਗੁਲਾਬ ਦਾ ਵੀ ਫੁੱਲ ਉਹ ਚਿੱਠੀ ਲਿਖਦਾ ਏ ਭੀਮ ਚੰਦ ਖੋਲ ਕੇ ਬਈ ਚਿੱਠੀ ਲਿਖਦਾ ਏ ਭੀਮ ਚੰਦ ਖੋਲ ਕੇ ਉਹ ਨਾਲੇ ਗੁੱਸੇ ਵਿੱਚ ਟੁੱਕਦਾ ਏ ਬੁੱਲ ਉਹ ਆਇਆ ਦਿਲ ਚ ਕਰੋ ਦਬਾਈ ਧਾਰ ਦੇ ਬਈ ਆਇਆ ਦਿਲ ਚ ਕਰੋ ਦਬਾਈ ਧਾਰ ਦੇ ਓਏ ਫਤਿਹ ਲਿਖਣੀ ਗੁਰੂ ਨੂੰ ਗਿਆ ਭੁੱਲ ਓ ਫਤਿਹ ਲਿਖਣੀ ਗੁਰੂ ਨੂੰ ਗਿਆ ਭੁੱਲ
ਹਰ ਅੱਖ ਮਨ ਵਿੱਚ ਸੀ ਉਹ ਦਿੱਤਾ ਅੱਖਰਾਂ ਦੇ ਰਾਹੀ ਲਿਖ ਕੁੱਲ ਉਹ ਜਿਹੜਾ ਤੇਤੋਂ ਪੈਰ ਵੰਡਦਾ ਏ ਮਹਿਕ ਨੂੰ ਬਈ ਜਿਹੜਾ ਤੇਤੋਂ ਪੈਰ ਵੰਡਦਾ ਏ ਮਹਿਕ ਨੂੰ ਉਹ ਕੰਧੇ ਰੱਖਦਾ ਗੁਲਾਬ ਦਾ ਹੀ ਫੁੱਲ ਉਹ ਕੰਧੇ ਰੱਖਦਾ ਗੁਲਾਬ ਦਾ ਹੀ ਫੁੱਲ ਸਾਨੂੰ ਟੋਕੀ ਉੱਤੇ ਡੇਲਾ ਤੁਸੀਂ ਜਾਣਿਆ ਓਏ ਸਾਨੂੰ ਟੋਕੀ ਉੱਤੇ ਡੇਲਾ ਤੁਸੀਂ ਜਾਣਿਆ ਓਏ ਬਾਹੀ ਧਾਰ ਦਾ ਹੁਕਮ ਕੀਤਾ ਗੁੱਲ ਓਏ ਬਾਹੀ ਧਾਰ ਦਾ ਹੁਕਮ ਕੀਤਾ ਗੁੱਲ ਓਏ ਪੰਗਾ ਲੈ ਕੇ ਹੁਣ ਭੱਜੀ ਨਾ ਮਦਾਨ ਜੋ ਓਏ ਤੈਨੂੰ ਦੱਸ ਦੇਣਾ ਚੌਧਰਾਂ ਦਾ ਮੁੱਲ ਸਾਨੂੰ ਟੁੱਕ ਉੱਤੇ ਡੇਲਾ ਏ ਤੂੰ ਜਾਣਿਆ ਉਹ ਬਾਈ ਧਾਰ ਦਾ ਹੁਕਮ ਕੀਤਾ ਗੁੱਲ ਉਹ ਪੰਗਾ ਲੈ ਕੇ ਹੁਣ ਭੱਜੀ ਨਾ ਮੈਦਾਨ ਤੋਂ ਉਹ ਪੰਗਾ ਲੈ ਕੇ ਹੁਣ ਭੱਜੀ ਨਾ ਮੈਦਾਨ ਤੋਂ ਮੈਂ ਤੈਨੂੰ ਦੱਸ ਦੇਣਾ ਚੌਧਰਾਂ ਦਾ ਮੁੱਲ ਉਹ ਤੈਨੂੰ ਦੱਸ ਦੇਣਾ ਚੌਧਰਾਂ ਦਾ ਮੁੱਲ ਸਾਰੇ ਤੇਰੇ ਵੇਖ ਲਓ ਵੇਖ ਲਓ ਹੇ ਵੇਖ ਲਓ ਚੇਲੇ ਬਾਲ ਕੇ ਸਾਰੇ ਹੀ ਤੇਰੇ ਵੇਖ ਲੋ ਓ ਜਿਹੜੇ ਬੰਨਦੇ ਬਹਾਦਰੀ ਦੇ ਪੁੱਲ ਓਏ ਚੇਤੇ ਕਰਕੇ ਕੰਨਾਂ ਨੂੰ ਹੱਥ ਲਾਉਣਗੇ ਓਏ ਚੇਤੇ ਕਰਕੇ ਕੰਨਾਂ ਨੂੰ ਹੱਥ ਲਾਉਣਗੇ ਓਏ ਕਿਸੇ ਪਹਿਲਵਾਨ ਨਾਲ ਆਏ ਘੁੱਲ ਓਏ ਕਿਸੇ ਪਹਿਲਵਾਨ ਨਾਲ ਆਏ ਘੁੱਲ ਕਈ ਐਤਵਾਰ ਅੱਗੇ ਐਵੇਂ ਲੰਘ ਗਏ ਉਹ ਸੁੱਕੇ ਲੱਗਦੇ ਰਹੇ ਨੇ ਸਾਡੇ ਟੁੱਲ ਉਹ ਸੁੱਕੇ ਲੱਗਦੇ ਰਹੇ ਨੇ ਸਾਡੇ ਟੁੱਲ ਉਹ ਨੱਥ ਸਾਡੇ ਵੀ ਕਿਸੇ ਨਾ ਮਾਰੀ ਨੱਕ ਚ ਤਾਈ ਉਹ ਸਿਰ ਤੇ ਛਤਰ ਰਹੇ ਟੁੱਲ ਉਹ ਤਾਈ ਉਹ ਸਿਰ ਤੇ ਛਤਰ ਰਹੇ ਟੁੱਲ ਓ ਬਾਬੇ ਨਾਨਕ ਦੀ ਗੱਦੀ ਅਸੀਂ ਜਾਣ ਕੇ ਵੀ ਬਾਬੇ ਨਾਨਕ ਦੀ ਗੱਦੀ ਅਸੀਂ ਜਾਣ ਕੇ ਓ ਤੈਨੂੰ ਦਿੱਤੀ ਰੱਖੀ ਭੋਲੇ ਆਏ ਖੁੱਲ ਓ ਤੈਨੂੰ ਦਿੱਤੀ ਰੱਖੀ ਭੋਲੇ ਆਏ ਖੁੱਲ ਹੁਣ ਕੋਈ ਵੀ ਲਿਹਾਜ ਤੇਰੇ ਨਾਲ ਨਾ ਓਏ ਹੁਣ ਕੋਈ ਵੀ ਲਿਹਾਜ ਤੇਰੇ ਨਾਲ ਨਾ ਓਏ ਖਾਲੀ ਕਰ ਦੇ ਨਗਰ ਚੱਕ ਜੁੱਲ ਓਏ ਖਾਲੀ ਕਰ ਦੇ ਨਗਰ ਚੱਕ ਜੁੱਲ ਨਾ ਮੰਨ ਕੇ ਜੇ ਰਹਿਣਾ ਤੰਬ ਸ਼ਕਰ ਓਈ ਨਾ ਮੰਨ ਕੇ ਜੇ ਰਹਿਣਾ ਤੰਬ ਸ਼ਕਰ ਉਹ ਹੁਣ ਹਾਥੀ ਤੰਬੂ ਲੈਣੇ ਅੱਧ ਮੁੱਲ ਉਹ ਹੁਣ ਹਾਥੀ ਤੰਬੂ ਲੈਣੇ ਅੱਧ ਮੁੱਲ ਨਹੀਂ ਤਾਂ ਇੱਟ ਨਾਲ ਇੱਟ ਖੜਕਾ ਦੂੰਗਾ ਉਹ ਜਾਊ ਬਿੰਦ ਚ ਆਨੰਦਪੁਰ ਭੁੱਲ ਉਹ ਜਾਊ ਬਿੰਦ ਚ ਆਨੰਦਪੁਰ ਭੁੱਲ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਿੱਠੀ ਪੜ੍ਹੀ ਭਾਈ ਧਾਰ ਦੇ ਪਹਾੜੀ ਰਾਜੇ ਭੀਮ ਚੰਦ ਨੇ ਬੜੇ ਗੁੱਸੇ ਦੇ ਨਾਲ ਚਿੱਠੀ ਲਿਖੀ ਪਾਤਸ਼ਾਹ ਨੂੰ ਗੁੱਸੇ ਦੇ ਵਿੱਚ ਫਤਿਹ ਬੁਲਾਉਣੀ ਵੀ ਭੁੱਲ ਗਿਆ ਧੀਰ ਦੇ ਹੱਥੋਂ ਛੱਡ ਬੈਠਾ ਗੁਰੂ ਪਿਆਰੀ ਸਾਧ ਸੰਗਤ ਸਿੱਖ ਨੂੰ ਪਾਤਸ਼ਾਹ ਨੇ ਅਸੂਲ ਦਿੱਤੇ ਹੈ ਕਿ ਨਾ ਜੰਗ ਦੇ ਮੈਦਾਨ ਵਿੱਚ ਧੀਰਜ ਹੱਥੋਂ ਛੱਡਣਾ ਹੈ ਭਾਵਾਂ ਲੜ ਰਹੇ ਹੋ ਭਾਵਾਂ ਢਹਿੰਦੀ ਕਲਾ ਚੋ ਭਾਵਾਂ ਚੜ੍ਹਦੀ ਕਲਾ ਚੋ ਧੀਰਜ ਨਹੀਂ ਹੱਥੋਂ ਛੱਡਣਾ ਬੈਲੈਂਸ ਨਹੀਂ ਡੋਲਣ ਦੇਣਾ ਸਿੱਖ ਨੇ ਇਹ ਸਿੱਖ ਕੋਲ ਹੈ ਇਹ ਤਾਕਤ ਪਰ ਜਿਹੜਾ ਰਾਜਾ ਹੈ ਭਾਵਾਂ ਉਹ ਰਾਜ ਸ਼ਕਤੀ ਉਹਦੇ ਕੋਲੇ ਫਿਰ ਵੀ ਉਹ ਬੈਲੈਂਸ ਨਾ ਰੱਖ ਸਕਿਆ ਉਹਨੇ ਗੁਰੂ ਨੂੰ ਚਿੱਠੀ ਲਿਖੀ ਬੜੇ ਕ੍ਰੋਧ ਦੇ ਨਾਲ ਕਹਿੰਦਾ ਆਨੰਦਪੁਰ ਛੱਡ ਜਾ ਤੈਨੂੰ ਰਹਿਣਾ ਨਹੀਂ ਆਉਂਦਾ ਪਰਜਾ ਬਣ ਕੇ ਹੁਣ ਮੇਰੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸੇ ਚਿੱਠੀ ਦੇ ਮਗਰਲੇ ਪਾਸੇ ਲਿਖ ਕੇ ਬੈਲੈਂਸ ਹੱਥ ਵਿੱਚ ਰੱਖ ਕੇ ਪਹਿਲਾਂ ਫਤਿਹ ਬੁਲਾਉਂਦੇ ਆ
ਉਸ ਰਾਜੇ ਨੂੰ ਉਸੇ ਚਿੱਠੀ ਦਾ ਜਵਾਬ ਦਿੰਦੇ ਹੋ, ਜਵਾਬ ਇਸ ਤਰ੍ਹਾਂ ਸਰਵਣ ਕਰੋ। ਓ ਜਦੋਂ ਚਿੱਠੀ ਪੜੀ ਗੁਰੂ ਦਸ਼ਮੇਸ਼ ਨੇ, ਉਹ ਜਦੋਂ ਪੜੀ ਚਿੱਠੀ ਗੁਰੂ ਦਸ਼ਮੇਸ਼ ਨੇ, ਉਹ ਪਿੱਛੇ ਲਿਖ ਕੇ ਜਵਾਬ ਦਿੱਤਾ ਕੱਲ, ਉਹ ਪਹਿਲਾਂ ਸਾਡੇ ਵੱਲੋਂ ਫਤਿਹਬਾਈ ਧਾਰੀਆ, ਪਹਿਲਾਂ ਸਾਡੇ ਵੱਲੋਂ ਫਤਿਹਬਾਈ ਧਾਰੀਆ, ਫਿਰ ਤੋਰੇ ਦੇ ਅਸਲ ਆਪਾਂ ਗੱਲ, ਉਹ ਫਿਰ ਤੋਰੇ ਦੇ ਅਸਲ ਆਪਾਂ ਗੱਲ। ਬੜਾ ਖੁਸ਼ ਹਾਂ ਮੈਂ ਖਤ ਤੇਰਾ ਪੜ੍ਹ ਕੇ, ਉਹ ਬੜਾ ਖੁਸ਼ ਹਾਂ ਮੈਂ ਖਤ ਤੇਰਾ ਪੜ੍ਹ ਕੇ, ਉਹ ਮੈਨੂੰ ਚੱਬ ਦੇ ਮਿਲੀ ਤੂੰ ਅੱਜ ਕੱਲ, ਉਹ ਮੈਨੂੰ ਚੱਬ ਦੇ ਮਿਲੀ ਤੂੰ ਅੱਜ ਕੱਲ, ਉਹ ਜਿਹੜਾ ਰੱਖਿਆ ਸਵਾਲ ਤੂੰ ਦਿਮਾਗ ਚ, ਉਹ ਜਿਹੜਾ ਰੱਖਿਆ ਸਵਾਲ ਤੂੰ ਦਿਮਾਗ ਚ, ਉਹਦਾ ਪਿੰਡ ਚ ਭਾਲ ਦੂੰਗਾ ਹੱਲ, ਉਹਦਾ ਪਿੰਡ ਚ ਭਾਲ ਦੂੰਗਾ ਹੱਲ। ਚਿੱਠੀ ਪੜੀ ਗੁਰੂ ਦਸ਼ਮੇਸ਼ ਨੇ, ਦਸ਼ਮੇਸ਼ ਨੇ, ਦਸ਼ਮੇਸ਼ ਨੇ, ਉਹ ਜਦੋਂ ਪੜੀ ਚਿੱਠੀ ਗੁਰੂ ਦਸ਼ਮੇਸ਼ ਨੇ, ਪਿੱਛੇ ਲਿਖ ਕੇ ਜਵਾਬ ਦਿੱਤਾ ਕੱਲ, ਪਹਿਲਾਂ ਸਾਡੇ ਵੱਲੋਂ ਫਤਿਹਬਾਈ ਧਾਰੀਆ, ਫਿਰ ਤੋਰੇ ਦੇ ਅਸਲ ਆਪਾਂ ਗੱਲ, ਉਹ ਫਿਰ ਤੋਰੇ ਦੇ ਅਸਲ ਆਪਾਂ ਗੱਲ। ਬੜਾ ਖੁਸ਼ ਹਾਂ ਮੈਂ ਖਤ ਤੇਰਾ ਪੜ੍ਹ ਕੇ, ਉਹ ਮੈਨੂੰ ਚੱਬ ਦੇ ਮਿਲੀ ਤੂੰ ਅੱਜ ਕੱਲ, ਉਹ ਜਿਹੜਾ ਰੱਖਿਆ ਸਵਾਲ ਤੂੰ ਦਿਮਾਗ ਚ, ਉਹਦਾ ਪਿੰਡ ਚ ਭਾਲ ਦੂੰਗਾ ਹੱਲ, ਉਹਦਾ ਪਿੰਡ ਚ ਭਾਲ ਦੂੰਗਾ ਹੱਲ। ਜਿਹੜੀ ਨਾਨਕ ਗੁਰੂ ਦੀ ਗੱਲ ਆਖਦਾ, ਉਹ ਜਿਹੜੀ ਨਾਨਕ ਗੁਰੂ ਦੀ ਗੱਲ ਆਖਦਾ, ਉਹ ਗੱਦੀ ਦਸਵੀਂ ਉਸ ਦੀ ਰਹੀ ਚੱਲ, ਅਸੀਂ ਪਹਿਲਾਂ ਨਾ ਡਰਾਉਂਦੇ ਕਿਸੇ ਹੋਰ ਨੂੰ, ਉਹ ਅਸੀਂ ਪਹਿਲਾਂ ਨਾ ਡਰਾਉਂਦੇ ਕਿਸੇ ਹੋਰ ਨੂੰ, ਪਿੱਛੇ ਸਕਦੇ ਨਾ ਹੈਂਕੜੀ ਚੱਲ, ਉਹ ਪਿੱਛੋਂ ਸਕਦੇ ਹੈਂਕੜੀ ਨਾ ਚੱਲ। ਗੁਰੂ ਘਰ ਜੋ ਹਮੇਸ਼ਾ ਨੀਤ ਸਭ ਨੂੰ, ਗੁਰੂ ਘਰ ਜਾ, ਗੁਰੂ ਘਰ ਜਾ, ਗੁਰੂ ਘਰ ਜਾ ਹਮੇਸ਼ਾ ਨੀਤ ਸਾਹਿਬ ਨੂੰ, ਉਹ ਪਹਿਲਾਂ ਬੂਰ ਪੈਂਦਾ ਫੇਰ ਲੱਗੇ ਫਲ, ਉਹ ਪਹਿਲਾਂ ਬੂਰ ਪੈਂਦਾ ਫੇਰ ਲੱਗੇ ਫਲ। ਖਾਲੀ ਝੋਲੀ ਜਾਵੇ ਸਾਡੇ ਦਰਬਾਰ ਚੋ, ਉਹ ਖਾਲੀ ਝੋਲੀ ਜਾਵੇ ਸਾਡੇ ਦਰਬਾਰ ਚੋ, ਉਹ ਜੀਨੇ ਤੇਰੇ ਵਾਂਗੂ ਰੱਖੇ ਵਾਲੇ ਛੱਲ, ਉਹ ਜੀਨੇ ਤੇਰੇ ਵਾਂਗੂ ਰੱਖੇ ਵਾਲੇ ਛੱਲ। ਐਵੇਂ ਫੋਕੇ ਦਬ ਕਾਲਿਆਂ ਦੇ ਨਾਲ ਵੇ, ਐਵੇਂ ਫੋਕੇ ਦਬ ਕਾਲਿਆਂ ਦੇ ਨਾਲ ਵੇ, ਕਦੇ ਲੱਥ ਦੀਨਾ ਵਾਲੀ ਉੱਤੋਂ ਖੱਲ, ਉਹ ਕਦੇ ਲੱਥ ਦੀਨਾ ਵਾਲੀ ਉੱਤੋਂ ਖੱਲ, ਉਹ ਮਾਰੇ ਠੱਗੀਆਂ ਗੁਰਾਂ ਤੋਂ ਹੱਥ ਭਾਲਦਾ, ਕੀਤਾ ਤੇਰੀਆਂ ਚਲਾਕੀਆਂ ਨੇ ਸੱਲ, ਉਹ ਕੀਤਾ ਤੇਰੀਆਂ ਚਲਾਕੀਆਂ ਨੇ ਸੱਲ। ਉਹ ਜਿੰਨੀ ਲਿਖ ਦੀ ਜਿਉਣੀ ਓਨੀ ਆਰਜੂ, ਆਰਜੂ, ਹਾਂ ਆਰਜੂ, ਜਿੰਨੀ ਲਿਖਦੀ ਜਿਉਣੀ ਓਨੀ ਆਰਜੂ, ਹੁੰਦਾ ਅੱਗੇ ਪਿੱਛੇ ਇੱਕ ਵੀ ਨਾ ਪਲ, ਹੁੰਦਾ ਅੱਗੇ ਪਿੱਛੇ ਇੱਕ ਵੀ ਨਾ ਪਲ। ਪੈੜੀ ਨੀਤ ਵਾਲੇ ਰਾਜਿਆ ਨਕੰਮਿਆ, ਉਹ ਪੈੜੀ ਨੀਤ ਵਾਲੇ ਰਾਜਿਆ ਨਕੰਮਿਆ, ਉਹ ਮਾੜੀ ਆਦਤਾਂ ਤੋਂ ਜਾਦੂ ਹੁਣ ਟਲ, ਉਹ ਮਾੜੀ ਆਦਤਾਂ ਤੋਂ ਜਾਦੂ ਹੁਣ ਟਲ। ਤਾਂ ਰੱਖੀ ਜੀ ਸੰਭਾਲ ਕੇ ਤੂੰ ਰੱਖ ਲੈ, ਜੇ ਤਾਂ ਰੱਖੀ ਜੀ ਸੰਭਾਲ ਕੇ ਤੂੰ ਰੱਖ ਲੈ, ਭੀਮ ਚੰਦਾ ਦੇ ਬਣਾਈ ਫੋਕੀ ਭਲ, ਉਹ ਸਭ ਲਿਟਦਾ ਤੇ ਰਸਤੇ ਚ ਆਨ ਕੇ, ਆਨ ਕੇ, ਆਨ ਕੇ, ਉਹ ਸਭ ਲਿਟਦਾ
ਰਸਤੇ ਚ ਆਨ ਕੇ ਜਦੋਂ ਮੁੱਕ ਜਾਂਦਾ ਉਹਦਾ ਅੰਨ ਜਲ ਉਹ ਜਦੋਂ ਮੁੱਕ ਜਾਂਦਾ ਬਈ ਜਦੋਂ ਮੁੱਕ ਜਾਂਦਾ ਉਹਦਾ ਅੰਨ ਜਲ ਹੋ ਜੇ ਤਾਂ ਤੇਰੇ ਚ ਅਣਖ ਪੋਰਾ ਜਿੰਨੀ ਵੀ ਜੇ ਤਾਂ ਤੇਰੇ ਚ ਅਣਖ ਪੋਰਾ ਜਿੰਨੀ ਵੀ ਉਹ ਜੇ ਤਾਂ ਤੇਰੇ ਚ ਅਣਖ ਪੋਰਾ ਜਿੰਨੀ ਵੀ ਉਹ ਲੈ ਕੇ ਫੌਜਾਂ ਆ ਜੀ ਆਨੰਦਪੁਰੀ ਵੱਲ ਉਹ ਲੈ ਕੇ ਫੌਜਾਂ ਆ ਜੀ ਆਨੰਦਪੁਰੀ ਵੱਲ ਉਹ ਮੇਰੇ ਵੇਖ ਲਈ ਜਵਾਨ ਵੀਰ ਯੋਧਿਆ ਉਹ ਮੇਰੇ ਵੇਖ ਲਈ ਜਵਾਨ ਵੀਰ ਯੋਧਿਆ ਉਹ ਤੇਰੇ ਪੈਰਾਂ ਚ ਮੈਂ ਚਾਉਣਾ ਤਰ ਥੱਲ ਉਹ ਤੇਰੇ ਪੈਰਾਂ ਚ ਮੈਂ ਚਾਉਣਾ ਤਰ ਥੱਲ ਮੇਰੇ ਮਾਂ ਲਿਆਉਣਾ ਤੈਨੂੰ ਨੂੜ ਕੇ ਉਹ ਕੱਲੇ ਮੇਰੇ ਮਾਂ ਲਿਆਉਣਾ ਤੈਨੂੰ ਨੂੜ ਕੇ ਉਹ ਸੱਸ ਡੋਡਾਂ ਦੀ ਵਿਚਾਲੇ ਦੇਣਾ ਥੱਲ ਉਹ ਸੱਸ ਡੋਡਾਂ ਦੀ ਵਿਚਾਲੇ ਦੇਣਾ ਥੱਲ ਉਹ ਤੈਨੂੰ ਲੁਕਿਆ ਪਤਾ ਲੋ ਕੱਢ ਲਾਊਗਾ ਤੈਨੂੰ ਲੁਕਿਆ ਪਤਾ ਲੋ ਕੱਢ ਲਾਊਗਾ ਉਹ ਮੇਰਾ ਬੱਬਰ ਖਾਲਸਾ ਦਲ ਉਹ ਮੇਰਾ ਬੱਬਰ ਖਾਲਸਾ ਦਲ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਰਾਜਿਆ ਮੇਰੇ ਇਸ ਦਰਬਾਰ ਦੇ ਵਿੱਚ ਗੁਰੂ ਨਾਨਕ ਦੇ ਦਰ ਤੇ ਜਿਹੜਾ ਨੀਤ ਸਾਫ ਲੈ ਕੇ ਆਉਂਦਾ ਉਹਨੂੰ ਇੱਥੋਂ ਮੁਰਾਦਾਂ ਜੋ ਮੂੰਹ ਮੰਗਦਾ ਉਹ ਮਿਲਦੀਆਂ ਤੇ ਜਿਹੜਾ ਮਨ ਵਿੱਚ ਕੋੜ ਲੈ ਕੇ ਆਵੇ ਬੇਈਮਾਨੀ ਲੈ ਕੇ ਆਵੇ ਨੀਤ ਸਾਫ ਨਾ ਹੋਵੇ ਗੁਰੂ ਪਿਆਰੀ ਸਾਹ ਸੰਗਤ ਨੀਯਤ ਸਾਫ ਦੇ ਪ੍ਰਥਾਏ ਬਾਣੀ ਦੇ ਵਿੱਚ ਬੜਾ ਵਾਰ ਵਾਰ ਮਨੁੱਖ ਨੂੰ ਸੁਚੇਤ ਕੀਤਾ ਹੈ ਸਾਡੀਆਂ ਆ ਦੁਨਿਆਵੀ ਜਿਹੜੀਆਂ ਕੋਟਾਂ ਧਰਾਵਾਂ ਇਹ ਵੀ ਨੀਯਤ ਤੇ ਨਿਰਭਰ ਹੈ ਜੇ ਕਤਲ ਦੀ ਨੀਯਤ ਨਾ ਹੋਵੇ ਤੇ ਧਾਰਾ ਹੋਰ ਲੱਗਦੀ ਹੈ ਜੇ ਕਤਲ ਕਰਨ ਦੀ ਨੀਯਤ ਪਤਾ ਲੱਗ ਜੇ ਹੈਗੀ ਹੈ ਫਿਰ ਧਾਰਾ ਹੋਰ ਲੱਗਦੀ ਹੈ ਨੀਯਤ ਦੇ ਮੁਤਾਬਕ ਸਜਾਵਾਂ ਇਹਨਾਂ ਕੋਰਟਾਂ ਚ ਵੀ ਭਾਵਾਂ ਇੰਡੀਆ ਦੇ ਵਿੱਚ ਕੋਰਟਾਂ ਵੀ ਪ੍ਰਭਾਵਿਤ ਹੁੰਦੀਆਂ ਰਾਜ ਭਾਗਾਂ ਤੋਂ ਉਹ ਵੇਂਹਦੀਆਂ ਰੁੱਖ ਵੀ ਰਾਜ ਭਾਗ ਕੀ ਚਾਹੁੰਦਾ ਹੈ ਪਰ ਜੋ ਅਸੂਲ ਤੇ ਰੂਲ ਹੈ ਕਈ ਸਿਆਣੇ ਜੱਜ ਤਾਂ ਉਹ ਨੀਯਤ ਪੜ੍ਹਦੇ ਆ ਵੀ ਦੋਸ਼ੀ ਦੀ ਨੀਯਤ ਕੀ ਸੀ ਜੇ ਸਹਿਬਨ ਇਸੇ ਕਰਕੇ ਐਕਸੀਡੈਂਟ ਦੇ ਵਿੱਚ ਇੰਡੀਆ ਦੇ ਵਿੱਚ ਸਮਝਿਆ ਜਾਂਦਾ ਕਿ ਡਰਾਈਵਰ ਦੀ ਨੀਯਤ ਨਹੀਂ ਸੀ ਮਾਰਨ ਦੀ ਉਹਦੀ ਜ਼ਬਾਨ ਤੋਂ ਲੈ ਲਈ ਜਾਂਦੀ ਹੈ ਜੇ ਪਤਾ ਲੱਗ ਜੇ ਵੀ ਉਹਦੀ ਨੀਯਤ ਸੀ ਫਿਰ ਧਾਰਾ ਹੋਰ ਲੱਗਦੀ ਹੈ ਨੀਯਤ ਮਨੁੱਖ ਦੀ ਨੀਯਤ ਠੀਕ ਕਰਨ ਵਾਲਿਆਂ ਪਾਤਸ਼ਾਹ ਨੇ 1430 ਅੰਗ ਲਿਖੇ ਹੈ ਗੁਰੂ ਪਿਆਰੀ ਸਾਹ ਸੰਗਤ ਇੰਨੀਆਂ ਬੇਨਤੀਆਂ ਕਰਦੇ ਖਿਮਾ ਦੇ ਜਾਚਕਾਂ ਦਾ ਨਹੀਂ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਪਿਆਰ ਨਾਲ ਬੈਠ ਕੇ ਸੁਣਿਆ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਸਾਹਿਬ ਸਰਨ ਕਰੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗਰ ਤਨ ਪਰਵਾਰ ਪਰੀਆਂ ਸਬਦ ਗਾਵਣਾਈਆਂ ਦੋਤਾ ਗਾਵੋ ਹਰੇ ਕੇ ਰਾਮ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰਿਆ ਤੋਂ ਸਦਾ ਰਹੋ ਨਾਲ ਰਹੋ ਤੋ ਮਨ ਮੇਰੇ ਦੁੱਖ ਸਭ ਸਾਰਨਾ ਪੰਗੇ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਪਨਾ ਗੱਲਾਂ ਸਮਰੱਥ ਸਵਾਮੀ ਸੁਖ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖ
ਦੁੱਖਾਂ ਸਭ ਗਵਾਈਆਂ, ਪਰ ਜੰਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਭਜਾਈਆਂ, ਗੁਰਬਾਣ ਕੀਤਾ ਗੁਰ ਵਟੋ ਜਿਸ ਦੀਆਂ ਵਜਾਈਆਂ, ਕਹਿ ਨਾਨਕ ਸੋਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਭ ਤਤਕਾਰ ਸੁਭਾਗਾ ਕਾਰ ਸੁਭਾਗੇ, ਸਭ ਦਵਾਜੇ ਕਾਲਾ ਜਿਤ ਕਰਤਾਰੀਆ, ਪੰਚ ਦੋਤ ਦੁਆਸਾ ਕੀਤੇ ਕਾਲ ਕੰਠ ਕੁਮਾਰਿਆ, ਕਰਮ ਪਾਇਆ ਤੁਦ ਜਨ ਕੋ ਸੇ ਨਾਮ ਹਰ ਕਹਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਦਵਾਜੇ, ਸੁਣੋ ਵਡਭਾਗੇ ਓ ਸਗਲ ਮਨੋਰਥ ਪੂਰੇ, ਪਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ, ਗੁਰਦੇ ਪਨੀਤ ਕਹਤੇ ਪਵਿੱਤ ਸਤ ਗੁਰ ਰਿਹਾ ਭਰਪੂਰੇ, ਸੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਨਹਦ ਤੂਰੇ, ਸਲੋਕ ਪਵਣ ਗੁਰੂ ਭਾਣੇ ਪਿਤਾ ਮਾਤਾ ਤਰਤ ਮਾਤ, ਦਿਵਸ ਰਾਤ ਦੋਇ ਦਾਏ ਦਾਇਆ ਖਿਲ ਸਗਲ ਜਗਤ, ਜਗੇ ਆਈਆਂ ਬੁਰਿਆਈਆਂ ਵਾਜੇ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੇ ਨਾਮ ਧਿਆਇਆ ਗਏ ਸਕਤ ਕਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿੰਨੇ ਨਾਮ ਧਿਆਇਆ ਗਏ ਸਕਤ ਕਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।